ਤਦ ਰੁਗਾ ਜੀ ਹੁਣ ਤੱਕ ਕਿੰਨੀਆਂ ਸਿਆਸੀ ਪਾਰਟੀਆਂ ਬਦਲੀਆਂ ਹੁਣ ਤੱਕ ਸਿਆਸਤ ਦੇ ਵਿੱਚ ਜਦੋਂ ਦੇ ਆਏ ਹਾਂ ਹਾਲਾਂਕਿ ਮੇਰਾ ਤਾਂ ਇਹ ਸਗਾ ਵੀ ਤਿੰਨ ਵਾਰ ਇਲੈਕਸ਼ਨ ਲੜ ਲਏ ਅਸੀਂ ਪਾਰਟੀ ਕਿਸੇ ਹੋਰ ਨੂੰ ਮੌਕਾ ਦਵੇ ਕਿਉਂਕਿ ਫੇਰ ਇਦਾਂ ਲੱਗਦਾ ਪਤਾ ਨਹੀਂ ਇਹੀ ਬੰਦਾ ਹਰ ਵਾਰ ਚਾਹੁੰਦਾ ਹਮਮ ਤੇ ਤੁਸੀਂ 10 ਸਾਲ ਇੱਕੋ ਪਾਰਟੀ 'ਚ ਹੀ ਹੋ ਬਾਕੀ ਤਾਂ ਤੁਹਾਡੇ ਮੁਕਾਬਲੇ ਤੇ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚੋਂ ਮੈਂ ਹੁਣ ਬਹੁਤੀ ਗੱਲ ਨਹੀਂ ਕਹਿਣੀ ਤੁਹਾਨੂੰ ਮੈਂ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਜੀ ਵੀ ਜੋ ਫੈਕਟ ਹੈਗੇ ਆ ਉਹੀ ਦੱਸਣੇ ਆ ਦੇ ਮਸਲੇ ਸਮਝਣ ਨੂੰ ਜਾਂ ਕਿਤੇ ਜਾ ਕੇ ਸਰਕਾਰੀ ਦੁਬਾਰੇ ਜਦੋਂ ਟੱਕਰਾਂ ਮਾਰਨੀ ਆ ਕਿ ਸਾਡੇ ਬੰਦੇ ਦੇ ਨਾਲ ਇਨਜਸਟਿਸ ਹੋਇਆ ਤੇ ਉਦੋਂ ਫਿਰ ਲਾ ਦੀ ਡਿਗਰੀ ਫਾਇਦਾ ਦਿੰਦੀ ਹੈ ਤੇ ਉਹਦੇ ਨਾਲ ਆ ਜਦੋਂ ਪੁਲਿਸ ਐਡਮਿਨਿਸਟ੍ਰੇਸ਼ਨ ਆਉਂਦਾ ਫਿਰ ਅਸੀਂ ਦੱਸ ਦੇਈਦਾ ਵੀ ਆ ਇਦਾਂ ਸਿੱਟਾ ਨਿਕਲਣਾ 30000 ਵੋਟ ਪੰਜਾਂ ਸਾਲਾਂ ਚ ਵੱਧ ਗਈ ਹਾਂਜੀ ਹਾਂਜੀ ਤੇ ਇਹ ਪੰਜ ਸਾਲ ਤੁਸੀਂ ਘਰੇ ਬੈਠੇ ਰਹੇ ਆਪਣਾ ਕੰਮ ਕਰ ਕਰਦੇ ਰਹੇ ਕਿ ਲੋਕਾਂ ਦੇ ਵਿੱਚ ਵਿਚਰੇ ਵੀ ਪਹਿਲਾਂ ਦੱਸੋ ਜੀ ਵੀ ਐਮਐਲਏ ਜਾਂ ਐਮਪੀ ਟਿਕਟ ਮਿਲ ਰਹੀ ਹੈ ਤਾਂ ਪਾਰਟੀ ਜੁਆਇਨ ਕਰਦਾ ਬੰਦਾ ਉਹਨਾਂ ਦਾ ਜਿਹੜਾ ਵੋਟਾਂ ਨਾਲ ਲੋਕਾਂ ਨਾਲ ਸੰਬੰਧ ਜਿਹੜਾ ਆ ਵੋਟਾਂ ਦੌਰਾਨ ਹੀ ਹੁੰਦਾ ਤਿੰਨ ਚਾਰ ਮਹੀਨੇ ਹਾਂਜੀ ਉਸ ਤੋਂ ਬਾਅਦ ਨਹੀਂ ਲੱਭਦੇ ਜਾਂ ਫਿਰ ਲੋਕਾਂ ਨੂੰ ਲੱਭਣਾ ਪੈਂਦਾ ਇੱਕ ਪਾਸੇ ਤੁਹਾਡਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨਾਲ ਹੈ ਕਿੱਥੇ ਕਿ ਦੇਖਦੇ ਹੋ ਆਪਣੇ ਆਪ ਨੂੰ ਕਿੱਥੇ ਚੰਨੀ ਸਾਹਿਬ ਦਾ ਕਦ ਬੰਦਾ ਪਰ ਵੱਡੇ ਤਾਂ ਹੈਗੇ ਪਰ ਲੋਕਾਂ ਦੇ ਕੰਮ ਕਿੰਨੇ ਆ ਰਹੇ ਕਾਂਗਰਸ ਦੀ ਲੋਕਲ ਲੀਡਰਸ਼ਿਪ ਨੂੰ ਲੱਗਦਾ ਨਹੀਂ ਵੀ ਉਹ ਸਾਡੇ ਨਾਲ ਕੰਪਲੀਟ ਕਰ ਸਕਦੇ ਜਾਨੀ ਚੰਨੀ ਸਾਹਿਬਾਂ ਨੂੰ ਘੰਡ ਦੇਣੀ ਆਉਦੀ ਤੁਹਾਨੂੰ ਨਾਕਵਲ ਪਾਣਾ ਆਉਂਦਾ ਕੰਮ ਕੰਮ ਦੌੜਾ ਪਾਤ ਕਰਦੇ ਰਹੇ ਹਾਂ ਜੀ ਹਾਂ ਜੀ ਸਿਆਸੀ ਪ੍ਰਯੋਗਾਂ ਦੀ ਧਰਤੀ ਬਣ ਚੁੱਕੀ ਹੈ ਜਲੰਧਰ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਐਤਕੀ ਜੋ ਕੁਝ ਘਟ ਵਾਪਰ ਰਿਹਾ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਸਮਝ ਆਉਂਦਾ ਜਲੰਧਰ ਦੇ ਨੂੰ ਤਾਂ ਕੀ ਆਉਣਾ ਕਿਉਂਕਿ ਜਲੰਧਰ ਦੇ ਲੋਕਾਂ ਦੀ ਗਿਣਤੀ ਤਾਂ ਬਹੁਤ ਥੋੜੀ ਹੈ 3 ਕਰੋੜ ਪੰਜਾਬੀਆਂ ਨੂੰ ਸਮਝ ਨਹੀਂ ਆ ਰਿਹਾ ਦੁਨੀਆ ਭਰ ਚ ਜਿੱਥੇ ਜਿੱਥੇ ਕਿਤੇ ਪੰਜਾਬੀ ਬੈਠੇ ਨੇ ਬੜੇ ਹੈਰਾਨ ਨੇ ਕਿ ਭਾਈ ਐਤਕੀ ਜਲੰਧਰ ਦੇ ਵਿੱਚ ਤਰਥੱਲੀ ਜੀ ਕਾਦੀ ਮਚੀ ਹੋਈ ਹੈ ਕਿਉਂਕਿ ਐਤਕੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਬੰਦੇ ਲਿਆਣ ਕੇ ਉਮੀਦਵਾਰ ਬਣਾਏ ਜਾਂ ਤਾਂ ਉਹ ਪਹਿਲਾਂ ਉਹਨਾਂ ਪਾਰਟੀਆਂ ਚ ਨਹੀਂ ਸੀ ਜਾਂ ਉਹਨਾਂ ਦਾ ਹਲਕੇ ਦੇ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਪ੍ਰਾਇਮੇਸ਼ਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਰ ਜਲੰਧਰ ਲੋਕ ਸਭਾ ਹਲਕੇ ਤੋਂ ਅਜੇ ਤੱਕ ਇੱਕੋ ਉਮੀਦਵਾਰ ਐਸੇ ਨਹੀਂ ਜਿਹੜੇ ਹਲਕੇ ਦੇ ਵੀ ਨੇ ਤੇ ਜਿਹੜੇ ਆਪਣੀ ਪਾਰਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਵੀ ਕਰ ਰਹੇ ਨੇ ਤੇ ਅਸੀਂ ਸ਼ੁਰੂਆਤ ਬਲਵਿੰਦਰ ਕੁਮਾਰ ਹੋਰਾਂ ਤੋਂ ਕਰਾਂਗੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਸਿੱਖਿਆ ਦੀਆਂ ਡਿਗਰੀਆਂ ਵੀ ਜੁੜਦੀਆਂ ਕੰਮ ਵੀ ਜਿਹੜਾ ਉਹ ਕਰਦੇ ਜ ਤੱਕ ਵਿਵਾਦ ਕੋਈ ਨਹੀਂ ਖੜਾ ਹੋਇਆ ਹੁਣ ਇਦਾਂ ਲੀਡਰਸ਼ਿਪ ਕਿਦਾਂ ਚੱਲਦੀ ਹੈ ਸਿਆਸਤ ਕਿਦਾਂ ਚੱਲਦੀ ਹੈ ਤੇ ਜਲੰਧਰ ਦੀ ਲੋਕ ਸਭਾ ਚੋਣ ਦੇ ਵਿੱਚ ਬਲਵਿੰਦਰ ਕੁਮਾਰ ਹੋਰਾਂ ਨੂੰ ਆਸ ਕਿ ਜਾਪਦੀ ਹੈ ਜਲੰਧਰ ਦੇ ਮੁੱਦੇ ਕਿਹੜੇ ਨੇ ਬਾਕੀ ਸਿਆਸੀ ਪਾਰਟੀਆਂ ਨਾਲੋਂ ਜੇ ਆਪਣੇ ਆਪ ਨੂੰ ਉਹ 21 ਰੱਖ ਕੇ ਦੇਖਦੇ ਆ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਸੋ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਹੋਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਭਾਜੀ ਬਾੜ ਜੀ ਪ੍ਰਾਈਮੇਰੀ ਆ ਦੀ ਸਾਰੇ ਟੀਮ ਸਾਰਿਆਂ ਧੰਨਵਾਦ ਜੀ ਹਾਂ ਬਲਵਿੰਦਰ ਭਾਜੀ ਮੈਨੂੰ ਇੱਕ ਚੀਜ਼ ਦੱਸ ਨੇ ਸਾਡਾ ਆਲਮੋਸਟ ਸਾਡੇ ਵਰਕਰ ਦਾ ਹੀ ਸੈਮਟੀ ਸੀ 100% ਹੀ <laughs> 100% ਹੁੰਦੀ ਨਹੀਂ ਸੀਗੀ ਹਾਲਾਂਕਿ ਮੇਰਾ ਤੇ ਜਿ ਸਗਾ ਵੀ ਤਿੰਨ ਵਾਰ ਇਲੈਕਸ਼ਨ ਲੜ ਲਏ ਅਸੀਂ ਪਾਰਟੀ ਕਿਸੇ ਹੋਰ ਨੂੰ ਮੌਕਾ ਦਵੇ ਕਿਉਂਕਿ ਇਹ ਵਾਰ ਇਦਾਂ ਲੱਗਦਾ ਪਤਾ ਨਹੀਂ ਇਹੀ ਬੰਦਾ ਹਰ ਵਾਰ ਚਾਹੁੰਦਾ ਹਮਮ ਪਰ ਸਾਡੀ ਜਿੰਨੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਜਦੋਂ ਪਾਰਟੀ ਨੇ ਪੈਨਲ ਪਰਪੋਜ਼ਲ ਮੰਗਿਆ ਵੀ ਤੁਸੀਂ ਨਾ 2 ਜਾਂ 3 ਬੰਦਿਆਂ ਦੋ ਉਹ ਨਹੀਂ ਸਿਰਫ ਇੱਕ ਦਾ ਹੀ ਭੇਜਿਆ ਉਹ ਮੇਰਾ ਹੀ ਭੇਜਿਆ ਅੱਛਾ ਇੱਕੋ ਬੰਦੇ ਦੇ ਭੇਜਿਆ ਹਾਂਜੀ ਹਾਂ ਅੱਛਾ ਪਹਿਲਾਂ ਤੁਹਾਨੂੰ ਜੀ ਹੁਣ ਤੱਕ ਕਿੰਨੀਆਂ ਸਿਆਸੀ ਪਾਰਟੀਆਂ ਬਦਲੀਆਂ ਹੁਣ ਤੱਕ ਸਿਆਸਤ ਦੇ ਵਿੱਚ ਜਦੋਂ ਦੇ ਆਏ ਹਾਂ ਨਹੀਂ ਮੈਂ ਕੋਈ ਨਹੀਂ ਅਸੀਂ ਤਾਂ ਪਾਰਟੀ ਦੇ ਅਸੀਂ ਤਾਂ ਅਸਲ ਚ ਆਲਟਰਨੇਟਿਵ ਅਸੀਂ ਵਿਚਾਰ ਚੋਂ ਆਏ ਆ ਜਿਵੇਂ ਜਸਤਰਾਣ ਸਾਹਿਬ ਕਾਂਸੀ ਰਾਮ ਜੀ ਨੇ 84 'ਚ ਬੀਐਸਪੀ ਬਣਾਈ ਜੀ ਉਹਦੇ ਵਿੱਚ ਜਿਹੜਾ ਉਹਨਾਂ ਦਾ ਸਿੱਟਾ ਇਹ ਸੀਗਾ ਵੀ ਕਰੀਬ 85% ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਜਿਹੜਾ ਮੌਜੂਦਾ ਪ੍ਰਬੰਧ ਹੈ ਪੁੱਛਦਾ ਨਹੀਂ ਹੂੰ ਹੂੰ ਵੀ ਉਹ ਚ ਸ਼ੈਡਿਊਲ ਕਲਾਸ ਆ ਜਾਂਦੀਆਂ ਬੈਕਵਰਡ ਕਲਾਸਾਂ ਆ ਜਾਂਦੀਆਂ ਮਾਈਨੋਰਟੀਜ਼ ਆ ਜਾਂਦੀਆਂ ਆ ਫਾਰਮਰਜ਼ ਆ ਜਾਂਦੇ ਆ ਸਾਰੇ ਹਨ ਤੇ ਉਹਨਾਂ ਨੇ ਫਿਰ ਕਿਹਾ ਵੀ ਵੀ ਅਸੀਂ ਇਹਨਾਂ ਦੀ ਪੋਲਿਟਿਕਸ ਖੜੀ ਕੀਤੀ ਹੈ ਜੀ ਸਟੇਟ ਨਹੀਂ ਪੁੱਛਦਾ ਹੂੰ ਹੂੰ ਤੇ ਉਹਨਾਂ ਦੇ ਮੁਕਾਬਲੇ ਅਸੀਂ ਇਹਨਾਂ ਨੂੰ ਸੰਗਠਿਤ ਕਰਕੇ ਜਿਹੜੀ ਪੋਲਿਟਿਕਸ ਖੜੀ ਕੀਤੀ ਜਾਵੇ ਤਾਂ ਅਸੀਂ ਵੀ ਫਿਰ ਇਸ ਥੋਟ ਚ ਆਏ ਆ ਵੀ ਸਥਾਪਿਤ ਮੀਡੀਆ 'ਚ ਅਸੀਂ ਕੰਮ ਕੀਤਾ ਪਹਿਲਾਂ ਤੇ ਉਸ ਤੋਂ ਫਿਰ ਅਸੀਂ ਆਲਟਰਨੇਟਿਵ ਮੀਡੀਆ 'ਚ ਆਏ ਮਤਲਬ ਇੱਕ ਪਾਰਟੀ ਪੱਕੀ ਪੇਪਰ ਜਿਹੜਾ ਪੋਲਿਟੀਕਲ ਲਾਈਨ ਨੂੰ ਸੀਗਾ ਤੇ ਆਲਟਰਨੇਟਿਵ ਮੀਡੀਆ ਤੋਂ ਅਸੀਂ ਆਲਟਰਨੇਟਿਵ ਪੋਲਿਟਿਕਸ ਵੱਲ ਆਏ ਤੇ ਜਾਦੇ ਅਸੀਂ ਆਏ ਆ ਤੇ ਅਸੀਂ ਇੱਧਰ ਹੀ ਰਹੇ ਹਾਂ ਨਹੀਂ ਇਹ ਕਿਵੇਂ ਕਿਵੇਂ ਮੰਨ ਲਈਏ ਬਲਵਿੰਦਰ ਕੁਮਾਰ ਜੀ ਅਸੀਂ ਜਾਣੀ ਜਦੋਂ ਅਸੀਂ ਜਲੰਧਰ ਦਾ ਮੌਜੂਦਾ ਦ੍ਰਿਸ਼ ਦੇਖਦੇ ਆ ਨਾ ਤੇ ਅਸੀਂ ਕਿਵੇਂ ਮੰਨ ਲਈਏ ਕਿ ਇੱਕ ਬੰਦਾ ਬਲਵਿੰਦਰ ਕੁਮਾਰ ਬੌਜਨ ਸਮਾਜ ਪਾਰਟੀ ਜੁਆਇਨ ਕਰਦਾ ਇੱਕ ਦਹਾਕਾ ਪੁਰਾਣੀ ਗੱਲ ਹੈ ਮੇਰੇ ਖਿਆਲ ਉਹ ਤੋਂ ਵੀ ਵੱਧ 2014 ਚ 2000 ਸਾਲ 10 ਸਾਲ ਹੋ ਗਏ ਇੱਕ ਦਹਾਕਾ ਪੂਰਾ ਹੋ ਗਿਆ ਤੇ ਤੁਸੀਂ 10 ਸਾਲ ਇੱਕੋ ਪਾਰਟੀ ਚੋਂ ਬਾਕੀ ਤਾਂ ਤੁਹਾਡੇ ਮੁਕਾਬਲੇ ਤੇ ਜ ਮੈਂ ਹੁਣ ਬਹੁਤੀ ਗੱਲ ਨਹੀਂ ਕਹਿਣੀ ਤੁਹਾਨੂੰ ਕੀ ਲੱਗਦਾ ਕਿਵੇਂ ਸੰਭਵ ਹੋ ਗਿਆ ਇਹ ਦੇਖੋ ਇਹ ਆਪਣਾ ਇੱਕ ਇਮਾਨਦਾਰੀ ਆ ਜਾਂ ਟਰਸਟ ਆ ਮਤਲਬ ਜਿਹੜਾ ਆਪਣੇ ਇੱਕ ਲਾਈਫ ਦੇ ਤੁਹਾਡੇ ਪ੍ਰਿੰਸੀਪਲਸ ਹੁੰਦੇ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਮੇਰੇ ਇੰਟਰਵਿਊ ਹੋਈ ਸੀ ਜਦੋਂ ਪੱਤਰਕਾਰੀ ਚ ਆਪਾਂ ਕਹਿ ਦਿੰਦੇ ਪ੍ਰੋਫੈਸ਼ਨਲ ਐਥਿਕਸ ਵੈਸੇ ਜਿਸ ਤਰ੍ਹਾਂ ਆਪਾਂ ਸਾਰੇ ਪੱਤਰਕਾਰ ਆ ਕਈ ਬੰਦੇ ਸਟਿਕ ਰਹਿੰਦੇ ਆ ਵੀ ਆਪਣੇ ਵੀ ਅਸੀਂ ਪ੍ਰੋਫੈਸ਼ਨ ਨਾਲ ਕੋਈ ਸਮਝੌਤਾ ਨਹੀਂ ਕਰਨਾ ਜੀ ਅਸੀਂ ਪ੍ਰੋਫੈਸ਼ਨ ਜਦੋਂ ਅਸੀਂ ਉਦੋਂ ਵੀ ਇਕ ਜੋ ਸਾਡੇ ਪ੍ਰੋਫੈਸ਼ਨ ਦੇ ਐਥਿਕਸ ਵੀ ਅਸੀਂ ਉਹਦੇ ਤੇ ਰਹੇ। ਠੀਕ ਹੈ। ਪੱਤਰਕਾਰੀ ਕੀਤੀ ਕਰੀਬ 10 8 ਸਾਲ ਕੀਤੀ ਮੈਂ। ਠੀਕ ਹੈ ਜੀ। ਤੇ ਯੂਨੀਵਰਸਿਟੀ ਪੜ੍ਹੇ ਆ ਉਦੋਂ ਸਾਨੂੰ ਪੜਾਇਆ ਹੀ ਸੀਗਾ ਵੀ ਵੀ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ। ਜੀ। ਵੀ ਜੋ ਫੈਕਟ ਹੈਗੇ ਆ ਉਹੀ ਦੱਸਣੇ। ਵੀ ਪੱਤਰਕਾਰ ਦਾ ਮਤਲਬ ਤਾਂ ਇਹੀ ਆ ਵੀ ਐਕੂਰੇਟ ਰਿਪੋਰਟਿੰਗ ਕਰਨੀ। ਸਹੀ ਜਾਣਕਾਰੀ ਤੇ ਉਹੀ ਫਿਰ ਸਾਡਾ ਇੱਛ ਵੀ ਇਹੀ ਰਿਹਾ ਵੀ ਗੁਮਰਾਹ ਨਹੀਂ ਕਰਨਾ, ਟਰਸਟ ਨਹੀਂ ਤੋੜਨਾ। ਵੀ ਜੇ ਆਪਾਂ ਵੋਟ ਲਈ ਬੰਦੇ ਨੂੰ ਵੀ ਅਸੀਂ ਤੁਹਾਡੇ ਲਈ ਕਰਾਂਗੇ। ਤੇ ਉਹਨੇ ٹرسٹ ਸਾਨੂੰ ਬੋਰਡ ਦਿੱਤੀ ਤੇ ਅਸੀਂ ਫਿਰ ਸਾਡੀ ਇਮਾਨਦਾਰੀ ਰਹੀ ਵੀ ਅਸੀਂ ٹرسٹ ਨਹੀਂ ਤੋੜਿਆ ਤੇ ਇਸ ਕਰਕੇ ਲਗਾਤਾਰ ਉਹਨਾਂ ਲੋਕਾਂ ਨੇ ਰਹੇ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਿਆਂਦਾ ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਪੀ ਐਚ ਡੀ ਦੀ ਬੜੀ ਚਰਚਾ ਰਹੀ ਹੈ ਕਿ ਉਹ ਪੜ੍ਹਦੇ ਸੀ ਜੀ ਉਹਨਾਂ ਦੇ ਮੁਕਾਬਲੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੀ ਕੁਆਲਿਫਿਕੇਸ਼ਨ ਕੀ ਹੈ ਕਿੰਨਾ ਕੁ ਪੜ੍ਹੇ ਲਿਖੇ ਨੇ ਬਲਵਿੰਦਰ ਕੁਮਾਰ ਜਿਹੜੇ ਮੇਰੇ ਸਾਹਮਣੇ ਬੈਠੇ ਆ ਦੇਖੋ ਪਹਿਲਾਂ ਤਾਂ ਮੈਂ ਮਕੈਨੀਕਲ ਇੰਜੀਨੀਅਰ ਕੀਤੀ ਅੱਛਾ ਜੀ ਉਹ ਅਸਲ 'ਚ ਬੰਦਾ ਕਈ ਵਾਰ ਜਦੋਂ ਟੱਕਰਾ ਮਾਰਦਾ ਹੀ ਆਉਂਦਾ ਆ ਤੇ ਉਹ ਜਿਸ ਤਰ੍ਹਾਂ ਉਦੋਂ ਇਹ ਸੀਗਾ ਵੀ ਬੰਦਾ ਇੰਜੀਨੀਅਰ ਬਣ ਜਾਊਗਾ ਜਲਦੀ ਕੰਮ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਜਲਦੀ ਘਰ ਦੇ ਵੀ ਚਾਹੁੰਦੇ ਸੀ ਜਲਦੀ ਜੌਬ ਕਰੇ ਜੀ ਪਰ ਮਕੈਨੀਕਲ ਇੰਜੀਨੀਅਰਿੰਗ ਦਾ ਮੈਂ ਡਿਪਲੋਮਾ ਕੀਤਾ ਤਾਂ ਉਸ ਤੋਂ ਬਾਅਦ ਲੱਗਾ ਵੀ ਇੱਧਰ ਨਹੀਂ ਮੰਨ ਜਾਣਾ ਹੂੰ ਹੂੰ ਫਿਰ ਅਸੀਂ ਆਰਟਸ ਕਰਨ ਲੱਪੇ ਜੀ ਫਿਰ ਮੈਂ ਗਵਰਨਮੈਂਟ ਕਾਲਜ ਹਿਸ਼ਾਰਪੁਰ ਤੋਂ ਬੀਏ ਕੀਤੀ ਜੀ ਫਿਰ ਮੈਂ ਇੰਗਲਿਸ਼ ਕੀਤੀ ਫਿਰ ਮੇਰਾ ਮਨ ਸੀਗਾ ਵੀ ਅਸੀਂ ਜਰਨਲਿਜ਼ਮ 'ਚ ਜਾਣਾ ਜੀ ਵੀ ਉਹ ਕੰਮ ਕਰੀਏ ਜਿੱਥੇ ਅਸੀਂ ਸੁਸਾਇਟੀ ਨੂੰ ਇੰਪਾਵਰ ਕਰ ਸਕੀਏ ਜਾਂ ਸੁਸਾਇਟੀ ਲਈ ਕੁਝ ਕਰ ਸਕੀਏ ਫਿਰ ਮੈਂ ਯੂਨੀਵਰਸਿਟੀ ਚ ਲੱਗ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੋਂ ਮੈਂ ਐਮਏ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤੀ ਆ ਜੀ ਤੇ ਫਿਰ ਇਸ ਲਾਈਨ ਚ ਆ ਗਏ ਤੇ ਜਦੋਂ ਮੈਂ ਪਹਿਲੀ ਇਲੈਕਸ਼ਨ ਲੜੀ 2017 ਚ ਵਿਧਾਨ ਸਭਾ ਦੀ ਤੇ ਉਸ ਲੜਨ ਤੋਂ ਬਾਅਦ ਮੈਨੂੰ ਲੱਗਾ ਵੀ ਜਿਹੜੇ ਲੋਕਾਂ ਦੇ ਮਸਲੇ ਆ ਬਹੁਤੇ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਆ ਤੇ ਫਿਰ ਸਾਨੂੰ ਇਹ ਆ ਵੀ ਜੇ ਅਸੀਂ ਲੋਕਾਂ ਦੀ ਵੋਟ ਲਈ ਹਾਲਾਂਕਿ ਮੈਨੂੰ 5200 ਵੋਟ ਪਈ ਸੀ ਜੀ ਪਰ ਮੈਨੂੰ ਇਹ ਸੀ ਵੀ 5200 ਬੰਦਾ ਤਾਂ ਹੈਗਾ ਨਾ ਵੀ ਅਸੀਂ ਘੱਟੋ ਘੱਟ ਇਹ ਨਾ ਆਵੇ ਮੇਰੇ ਤੋਂ ਕੰਮ ਕਰਾਉਣਾ ਆਵੇ ਤਾਂ ਮੈਨੂੰ ਸਮਝ ਨਾ ਆਵੇ ਮੈਂ ਦੱਸ ਹੀ ਨਾ ਸਕਾਂ ਵੀ ਯਾਰ ਇਦਾਂ ਆਪਾਂ ਹਲਕਾ ਦਾ ਕਰ ਸਕਦੇ ਤੇ ਫਿਰ ਮੈਂ ਸੋਚਿਆ ਵੀ ਵੀ ਲਾ ਕੀਤੀ ਜਾਵੇ ਜੀ ਤੇ ਮੈਂ ਫਿਰ 2005 ਤੇ 13 14 ਸਾਲਾਂ ਬਾਅਦ ਦੁਬਾਰਾ ਪੜਨਾ ਸ਼ੁਰੂ ਕੀਤਾ ਅੱਛਾ 13 14 ਸਾਲਾਂ ਬਾਅਦ ਹਾਂ ਜਦ ਕੀ ਬਹੁਤ ਔਖਾ ਸੀਗਾ ਮਨ ਲਓ ਦੁਬਾਰਾ ਤੁਸੀਂ ਪੜਾਈ ਚੋਂਣਾ ਪਰ ਫਿਰ ਮੈਨੂੰ ਇਹ ਸੀ ਵੀ ਜਿਸ ਤਰ੍ਹਾਂ ਵੀ ਆਪਾਂ ਜਿਹੜੀ ਜੋ ਕਮਿਟਮੈਂਟ ਆ ਲੋਕਾਂ ਨੂੰ ਯਾਨੀ ਵਧੀਆ ਆਪਾਂ ਜਿੱਦਾਂ ਸਰਵਿਸ ਜਿੱਦਾਂ ਕਹਿ ਦਿੰਦੇ ਹੁੰਦੇ ਆ ਵੀ ਉਹ ਵਧੀਆ ਅਸੀਂ ਕੰਮ ਕਰਕੇ ਦੇਣਾ ਤੇ ਫਿਰ ਮੈਂ ਦੁਬਾਰਾ ਲਾ ਕੀਤੀ ਹੁਣ ਮੈਂ ਲਾ ਗ੍ਰੈਜੂਏਟ ਵੀ ਆ ਬਈ 2 ਐਮਏ ਕੀਤੀਆਂ ਆ 2 ਗ੍ਰੈਜੂਏਸ਼ਨ ਆ ਯਾਨੀ ਇੰਗਲਿਸ਼ ਦੀ ਐਮਏ ਪત્રਕਾਰੀ ਦੀ ਐਮਏ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵਸਦੇ ਲੋਕਾਂ ਨੂੰ ਪਤਾ ਲੱਗ ਜਾਏ ਉਹਦੇ ਤੋਂ ਬਾਅਦ ਫਿਰ ਹੁਣ ਲਾਗ ਕਰਨੀ ਕੀਤੀ ਯਾਨੀ ਪਹਿਲਾ ਜਿਹੜਾ ਡਿਪਲੋਮਾ ਕੀਤਾ ਸੀ ਉਹ ਸੀ ਰੋਟੀ ਲਈ ਤੇ ਜਿਹੜੀ ਆਖਰੀ ਪੜ੍ਹਾਈ ਕੀਤੀ ਲੋਕਾਂ ਲਈ ਲਾ ਦੀ ਡਿਗਰੀ ਜਿਹੜੀ ਆ ਜੋ ਮੰਨ ਦਾ ਸੀਗਾ ਜਿਸ ਮੰਨ ਦਾ ਸੀ ਜੋ ਮੰਨ ਦਾ ਉਹਦੇ ਨਾਲ ਫਾਇਦਾ ਵੀ ਹੋਇਆ ਲੋਕਾਂ ਦੇ ਮਸਲੇ ਸਮਝਣ ਨੂੰ ਜਾਂ ਕਿਤੇ ਜਾ ਕੇ ਸਰਕਾਰੇ ਦੁਬਾਰੇ ਜਦੋਂ ਟੱਕਰਾਂ ਮਾਰਨੀਆਂ ਕਿ ਸਾਡੇ ਬੰਦੇ ਦੇ ਨਾਲ ਇਨਜਸਟਿਸ ਹੋਇਆ ਤੇ ਉਦੋਂ ਫਿਰ ਲਾ ਦੀ ਡਿਗਰੀ ਫਾਇਦਾ ਦਿੰਦੀ ਆ ਹੁਣ ਦੇਖੋ ਜਦੋਂ ਜਿਹੜਾ ਲੀਡਰ ਆ ਜੇ ਉਹ ਇੰਪਾਵਰ ਹੋਊਗਾ ਤਾਂ ਬਾਕੀਆਂ ਨੂੰ ਇੰਪਾਵਰ ਕਰ ਸਕਦਾ ਜੇ ਸਾਨੂੰ ਹੀ ਨਹੀਂ ਕੁਝ ਪਤਾ ਤੇ ਉਹਦੇ ਨਾਲ ਆ ਜਾਂ ਜਦੋਂ ਪੁਲਿਸ ਐਡਮਿਨਿਸਟ੍ਰੇਸ਼ਨ ਆਉਂਦਾ ਫਿਰ ਅਸੀਂ ਦੱਸ ਦੇਈਦਾ ਵੀ ਆ ਇਦਾਂ ਸਿੱਟਾ ਨਿਕਲਣਾ ਜੇ ਕੋਈ ਕੋਰਟ 'ਚ ਮਸਲਾ ਆ ਜਾਂਦਾ ਸੀ ਉਹ ਲੋਕਾਂ ਨੂੰ ਦੱਸ ਦੇਈਦਾ ਤੇ ਇੱਕ ਤਰ੍ਹਾਂ ਹੈਲਪ ਕਰਨ ਦੀ ਪੋਜੀਸ਼ਨ 'ਚ ਅਸੀਂ ਆਏ ਹਾਂ 2017 'ਚ ਤੁਸੀਂ ਕਿਹਾ ਕਿ 55000 ਵੋਟਾਂ ਪਈਆਂ ਤੁਸੀਂ ਬਹੁਤ ਜਨ ਸਮਾਜ ਪਾਰਟੀ ਦੇ ਉਮੀਦਵਾਰ ਸੀ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਾਂ 2022 ਦੇ ਵਿੱਚ ਵੀ ਤੁਸੀਂ ਉੱਥੇ ਹੀ ਚੋਣ ਲੜੀ ਹਾਂਜੀ ਹਾਂ ਤਾਂ ਵੋਟਾਂ 5500 ਹੋਈ ਸੀਗੀਆਂ ਨਹੀਂ 34000 ਵੋਟ ਪਈ ਮੈਨੂੰ ਯਾਨੀ 30000 ਵੋਟ 5 ਸਾਲਾਂ ਚ ਵੱਧ ਗਈ ਹਾਂਜੀ ਹਾਂਜੀ ਤਾਂ ਇਹ 5 ਸਾਲ ਤੁਸੀਂ ਘਰੇ ਬੈਠੇ ਰਹੇ ਆਪਣਾ ਕੰਮ ਕਰ ਕਰਦੇ ਰਹੇ ਕਿ ਲੋਕਾਂ ਦੇ ਵਿੱਚ ਵਿਚਰੇ ਵੀ ਕਰਤਾਰਪੁਰ ਦੇ ਲੋਕਾਂ ਦੇ ਨਹੀਂ ਦੇਖੋ ਮੈਂ ਕਿਉਂਕਿ ਜਦੋਂ ਅਸੀਂ 12 ਚ ਆਏ ਹਾਂ 14 ਚ ਆਏ ਆ ਸਪੋਰਟਿੰਗ 베ਸ ਚ ਆਏ ਅਸੀਂ ਮਤਲਬ ਵਿਚਾਰ ਤੇ ਕੰਮ ਕੰਮ ਕਰਨ ਆਏ ਹੈਗੇ ਹਾਂ ਤੇ ਸਾਨੂੰ ਇਦਾਂ ਨਹੀਂ ਸੀਗਾ ਵੀ ਜਿੱਦਾਂ ਹੁਣ ਤਾਂ ਇਹ ਹੁੰਦਾ ਵੀ ਪਹਿਲਾਂ ਦੱਸੋ ਜੀ ਵੀ ਐਮਐਲਏ ਜਾਂ ਐਮਪੀ ਟਿਕਟ ਮਿਲ ਰਹੀ ਹੈ ਤਾਂ ਪਾਰਟੀ ਜੁਆਇਨ ਕਰਦਾ ਬੰਦਾ ਅਸੀਂ ਇਦਾਂ ਨਹੀਂ ਕੀਤਾ ਅਸੀਂ ਤਾਂ ਸਪੋਰਟਿੰਗ ਬੇਸ ਵਿੱਚ ਆਏ ਹਾਂ ਵੀ ਸਾਡਾ ਕੰਮ ਸੀਗਾ ਵੀ ਜਿਹੜੀ ਸੋਸਾਇਟੀ ਆ ਵੀ ਅਸੀਂ ਇਹਦੇ ਲਈ ਕੁਝ ਕਰੀਏ ਜਿੱਦਾਂ ਬੰਦਿਆਂ ਦਾ ਮਨ ਕੋਈ ਰਿਸਰਚ ਕਰਦਾ ਕੋਈ ਜਿਸ ਤਰ੍ਹਾਂ ਤੁਸੀਂ ਪੱਤਰਕਾਰਤਾ ਕਰਦੇ ਆ ਸਾਡਾ ਵੀ ਇਹੀ ਸੀ ਵੀ ਜਿਹੜਾ ਮਾਸਸਸ ਆ ਰੂਰਲ ਮਾਸਸਸ ਆ ਜੀ ਵੀ ਉਹਨਾਂ ਨੂੰ ਅਸੀਂ empower ਕਰੀਏ ਜਿਹੜੀ ਸਾਡੀ ਐਜੂਕੇਸ਼ਨ ਆ ਉਹ ਇਸ ਕੰਮ ਆਵੇ ਤੇ ਇਦਾਂ ਕਰਦੇ ਕਰਦੇ ਇਲੈਕਸ਼ਨ ਲੜੇ ਪਰ ਸਾਡਾ ਜਿਹੜਾ ਆਮ ਤੌਰ ਤੇ ਅਸੀਂ ਜੋ ਦੇਖਿਆ ਵੀ ਜਿਹੜੇ ਕੈਂਡੀਡੇਟ ਆ ਚਾਹੇ ਜਿੱਤ ਜਾਣ ਚਾਹੇ ਹਾਰ ਜਾਣ ਉਹਨਾਂ ਦਾ ਜਿਹੜਾ ਵੋਟਾਂ ਨਾਲ ਲੋਕਾਂ ਨਾਲ ਸੰਬੰਧ ਜਿਹੜਾ ਆ ਜ਼ਿਆਦਾਤਰ ਦਾ ਮੈਂ ਹਰੇਕ ਨੂੰ ਨਹੀਂ ਕਹਿੰਦਾ ਜੀ ਵੀ ਵੋਟਾਂ ਦੌਰਾਨ ਹੀ ਹੁੰਦਾ 3-4 ਵੀ ਨਹੀਂ ਹਾਂਜੀ ਉਸ ਤੋਂ ਬਾਅਦ ਨਹੀਂ ਲੱਭਦੇ ਜਾਂ ਫਿਰ ਲੋਕਾਂ ਨੂੰ ਲੱਭਣਾ ਪੈਂਦਾ ਪਰ ਅਸੀਂ ਇਮਾਨਦਾਰੀ ਬਖਸ਼ ਮਤਲਬ ਵਰਤੀ ਹੈਗੀ ਆ ਵੇ ਵੋਟਰਾਂ ਤੋਂ ਬਾਅਦ ਵੀ ਲਗਾਤਾਰ ਤੁਰੇ ਰਹੇ 19 ਚ ਵੀ ਇਲੈਕਸ਼ਨ ਲੜਿਆ ਫਿਰ ਵੀ ਤੁਰੇ ਰਹੇ ਤੋਂ ਲਗਾਤਾਰ ਜਿਹੜੇ ਤੁਰਨ ਦੇ ਨਾਲ ਵੋਟਰਾਂ ਦਾ ٹرسٹ ਬਣਿਆ ਵੀ ਬੰਦਾ ਸਾਡੇ ਲਈ ਹੈਗਾ ਆ ਇਸ ਕਰਕੇ ਨੀ ਸਾਡੇ ਕੋ ਸਾਧਨ ਮਿਹਨਤ ਸੀਗਾ ਕੋਈ ਪੋਲਿਟੀਕਲ ਬੈਕਗ੍ਰਾਉਂਡ ਵੀ ਹੈ ਨਹੀਂ ਸਾਡੇ ٹرسٹ ਕਰਕੇ ਸਾਡੇ ਵਰਕ ਕਰਕੇ ਲੋਕਾਂ ਲੋਕ ਜਦੋਂ ਮਰਜ਼ੀ ਸਾਨੂੰ ਪਹੁੰਚ ਕਰ ਸਕਦੇ ਹੈਗੇ ਉਹਦੇ ਕਰਕੇ ਫਿਰ 19 ਚ ਮੈਂ ਕਰਤਾਰਪੁਰੋਂ 31 ਜਾ ਲੈ ਕੇ ਗਿਆ ਸੀ ਤੇ 22 ਵੇ ਜਦੋਂ ਆਪ ਦੀ ਲਹਿਰ ਸੀਗੀ ਜੀ ਤੇ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚੋਂ ਅਸੀਂ 34000 ਬੋਲਦੇ 34000 ਮਤਲਬ ਇਦਾਂ ਦੇ ਹਾਲਾਤਾਂ 'ਚ ਬੋਲ ਰਹੇ ਹਾਂ ਹਾਲਾਤਾਂ ਦੇ 24 ਅੱਛਾ ਬਲਵਿੰਦਰ ਕੁਮਾਰ ਜੀ ਕਦੇ ਕਿਉਂਕਿ ਲੀਡਰ ਜਿਹੜੇ ਹੁੰਦੇ ਨਾ ਬੜੇ ਅਮੀਰ ਪਰਿਵਾਰਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੱਠੇ ਜਿਹੜੇ ਆ ਇਦਾਂ ਰੁਗ ਫੜ ਕੇ ਉੱਪਰੋਂ ਵੱਢੀਦੇ ਆ ਕਿ ਥੱਲੇੋਂ ਵੱਢੀਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭਾਈ ਕਣਕ ਲਜਾ ਕੇ ਤੇ ਆਟਾ ਕਿੱਥੋਂ ਪਿਆ ਕੇ ਲਈ ਆਈਦਾ ਬਲਵਿੰਦਰ ਕੁਮਾਰ ਨੇ ਕਦੇ ਆਮ ਲੋਕਾਂ ਵਰਗਾ ਕੰਮ ਬਚਪਨ ਦੇ ਵਿੱਚ ਉਹਦੇ ਕੀਤਾ ਕਦੇ ਘਰ ਦਾ ਜਣੀ ਟੁੱਟੀ ਢਿੱਲੀ ਹੋ ਗਈ ਜੀ ਉਹਨੂੰ ਕਿਸਣੀ ਕਿਦਾਂ ਲਫਾਫਾ ਬੰਦ ਦੇਣਾ ਜਣੀ ਸਾਨੂੰ ਪਤਾ ਲੱਗੇ ਨਾ ਕਿ ਤੁਸੀਂ ਲੋਕਾਂ ਲਈ ਖੜਨ ਦੀ ਗੱਲ ਕਰਦੇ ਹੋ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਪਤਾ ਨਹੀਂ ਅਸੀਂ ਪਿੰਡੂ ਪਿੰਡ 'ਚ ਜੀ ਸਾਡਾ ਜਨਮ ਹੋਇਆ ਤੇ ਘਰ ਦੇ ਪਹਿਲਾਂ ਜਿੱਦਾਂ ਆਪਾਂ ਡੰਗਾ ਰੱਖੇ ਹੁੰਦੇ ਸੀਗੇ ਤੇ ਉਹ ਉਸ ਤਰ੍ਹਾਂ ਸਾਡੇ ਘਰ ਵੀ ਸੀਗਾ ਤੇ ਅਸੀਂ ਖੇਤੀ ਨਾਲ ਰਿਲੇਟਡ ਰਹੇ ਹਾਂ ਤੁਹਾਨੂੰ ਪਤਾ ਜਣੀ ਚੰਨੀ ਸਾਹਿਬ ਨੂੰ ਗੰਢ ਦੇਣੀ ਆਉਂਦੀ ਤੁਹਾਨੂੰ ਨਾਕਵਲ ਪਾਣਾ ਕੰਮ ਕੰਮ ਥੋੜਾ ਬਤ ਕਰਦੇ ਰਹੇ ਹਾਂ ਜੀ ਹਾਂ ਜੀ ਅਜਾ ਕਰਦੇ ਰਹੇ ਹਾਂ ਜਿਹੜੀ ਰੂਰਲ ਲਾਈਫ ਆ ਜੋ ਐਕਚੁਅਲ ਆ ਅਸੀਂ ਹੰਡਾਈ ਆ ਹੰਡਾਈ ਆ ਇਸ ਕਰਕੇ ਸਾਨੂੰ ਜਿਆਦਾ ਪਤਾ ਵੀ ਉਹ ਕਿਸ ਤਰ੍ਹਾਂ ਦੀ ਆ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਅੱਛਾ ਬਲਵਿੰਦਰ ਕੁਮਾਰ ਜੀ ਹੁਣ ਤੁਸੀਂ ਚੌਥੀ ਇਲੈਕਸ਼ਨ ਆ ਤੁਹਾਡੀ ਹਾਂਜੀ ਹਾਂਜੀ ਲੋਕ ਸਭਾ ਇਲੈਕਸ਼ਨ ਲੜੀ ਸੀ ਤਾਂ ਵੋਟਾਂ ਸੀ 2 ਲੱਖ ਤੋਂ ਉੱਪਰ ਹਾਂਜੀ 2 ਲੱਖ 5000 2 ਲੱਖ 50 ਭੋਜਨ ਸਮਾਜ ਪਾਰਟੀ ਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਪਾਰਟੀ ਨੇ ਪੀਡੀਏ ਬਣਾਈ ਸੀ ਪੀਡੀਏ ਬਣਾਇਆ ਸੀ ਜਦੋਂ ਜਾਨੀ ਤੁਸੀਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੀ ਇੱਕ ਵਾਰ ਲੋਕ ਸਭਾ ਦੀ ਹੁਣ ਚੌਥੀ ਵਾਰ ਤੋਂ ਸੀ ਮੈਦਾਨ ਦੇ ਵਿੱਚ ਉਹ ਔਖੀ ਹੁੰਦੀ ਹੈ ਗੱਲ ਪਰ ਐਤ ਕੀ ਫੇਰ ਮੁਕਾਬਲਾ ਕਸੂਤਾ ਆ ਗਿਆ ਇੱਕ ਪਾਸੇ ਤੁਹਾਡਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨਾਲ ਹੈ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ ਕਿੱਥੇ ਚੰਨੀ ਸਾਹਿਬ ਦਾ ਕਦ ਬੰਦਾ ਕਈ ਵਾਰ ਦਾ ਐਮਐਲਏ ਵਿਰੋਧੀ ਧਿਰ ਦਾ ਨੇਤਾ ਰਹਿ ਚੁੱਕਿਆ ਬੰਦਾ ਮੁੱਖ ਮੰਤਰੀ ਰਹਿ ਚੁੱਕਿਆ ਬੰਦਾ ਹੁਣ ਇੱਥੇ ਲਿਆਂਦਾ ਤਾਂ ਔਖਾ ਜਾ ਤਾਂ ਨਹੀਂ ਲੱਗਦਾ ਨੇ ਇਹਦੇ ਵਿੱਚ ਜੋ ਮੈਂ ਸਾਰਾ ਇਹ ਦੇਖਿਆ ਆ ਮਨ ਲਓ ਕਾਂਗਰਸ ਦੀ ਲੀਡਰਸ਼ਿਪ ਬਹੁਤ ਵੱਡੀ ਲੱਗਦੀ ਆ ਹਮਮ ਜਨਰਲ ਪਰਸਪੈਕਸ਼ਨ ਚ ਕਿਉਂਕਿ ਅਸੀਂ ਸਿਗੇ ਤਾਂ ਪਹਿਲਾਂ ਆਮ ਬੰਦੇ ਹੋਂ ਅਸੀਂ ਪਾਰਟੀ ਚ ਆਏ ਆ ਜਦੋਂ ਆਪਾਂ ਕਾਲਜ ਪੜ੍ਹਦੇ ਆ ਜਾਂ ਹੋ ਰਿਹਾ ਸਾਨੂੰ ਇਹ ਬਹੁਤ ਵੱਡੇ ਵੱਡੇ ਲੀਡਰ ਲੱਗਦੇ ਆ ਤੇ ਜਦੋਂ ਪਹਿਲਾਂ ਪਹਿਲਾਂ ਤੁਸੀਂ ਆਮ ਸਾਹਮਣੇ ਹੁੰਦਾ ਤੁਹਾਨੂੰ ਇਦਾਂ ਲੱਗਦਾ ਬਹੁਤ ਗੈਪ ਬਹੁਤ ਆ ਜੀ ਪਰ ਮੈਂ ਜੋ ਸਾਰਾ ਇਹ ਦੇਖਿਆ ਵੀ ਜਿਹੜਾ ਅਸਲ ਚ ਕੀ ਆ ਇਹਨਾਂ ਪਾਰਟੀਆਂ ਦੇ ਕੋਲ ਮੀਡੀਆ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਹ ਜਿਹੜੀ ਨਾ ਲੀਡਰਸ਼ਿਪ ਆ ਇਹ ਇਹਨਾਂ ਦੇ মিডিਆ ਨੇ ਡਿਵੈਲਪ ਕੀਤੀ ਆ ਬਈ মিডিਆ ਸਪੇਸ 'ਚ ਡਿਵੈਲਪ ਹੋਇਆ ਐ ਬਿਲਕੁਲ ਠੀਕ ਐ ਐਕਚੁਅਲੀ ਇਹਨਾਂ ਦਾ ਉਸ ਤਰ੍ਹਾਂ ਦਾ ਮਤਲਬ ਉਸ ਤਰ੍ਹਾਂ ਦਾ ਨਹੀਂ ਹੈਗਾ ਬਈ ਬਈ ਜਿਹੜੇ ਮਤਲਬ ਲੋਕਾਂ ਨਾਲ ਰਿਲੇਟਡ ਹੋਣ ਬਈ ਜਦੋਂ ਜਦੋਂ ਤੁਸੀਂ ਉਹਨੂੰ ਬ੍ਰੇਕ ਕਰੋਗੇ ਫਿਰ ਤੁਹਾਡੇ ਬਰਾਬਰ ਆ ਜਾਂਦੇ ਆ ਮਤਲਬ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਆਮ ਆਦੀ ਪਾਰਟੀ ਦਾ ਜੀ ਆਮ ਆਦੀ ਪਾਰਟੀ ਦੀ ਜਿੰਨੀ ਲੀਡਰਸ਼ਿਪ ਨਿਕਲੀ ਆ ਅਸੀਂ ਤਾਂ ਕਦੀ ਮਿਲੇ ਹੀ ਨਹੀਂ ਪੰਜਾਬ ਦੇ ਲੋਕ ਜੀ ਉਹ ਮਹਾਨ ਕਿੱਥੋਂ ਆਈ ਆ মিডিਆ ਸਪੇਸ 'ਚ 바ਵਾ ਸਾਹਿਬ ਦੀ ਇੱਕ ਕੋਟੇਸ਼ਨ ਐ ਜੀ ਵੀ ਜੇਕਰ ਤੁਹਾਡੇ ਕੋਲ মিডিਆ ਆ ਜੇ ਪ੍ਰੈਸ ਆ ਬਾਬਾ ਸਾਹਿਬ ਨੇ ਕਿਹਾ ਵੀ ਜੇਕਰ ਪ੍ਰੈਸ ਆ ਵੀ ਇਹ ਬਹੁਤ ਈਜ਼ੀ ਆ ਮਹਾਨ ਬੰਦੇ ਮੈਨੂਫੈਕਚਰ ਕਰਨਾ ਠੀਕ ਹੈ ਜੀ ਪੈਦਾ ਕਿਤੇ ਜਾ ਸਕਦੇ ਆ ਹਾਂ ਵੀ ਮੈਨੂਫੈਕਚਰਿੰਗ ਤੁਸੀਂ ਈਜ਼ੀਲੀ ਕਰ ਸਕਦੇ ਬਾਬਾ ਸਾਹਿਬ ਦੀ ਕਟੇਸ਼ਨ ਆ ਜੀ ਤੋਂ ਨੇ ਕਾਂਗਰਸ ਤੇ ਕਾਂਗਰਸ ਲੀਡਰਾਂ ਬਾਰੇ ਉਦੋਂ ਕਹੀ ਸੀ ਵੀ ਇਹ ਜਿਹੜੇ ਬੰਦੇ ਇੰਨੇ ਵੱਡੇ ਲੱਗਦੇ ਮਹਾਨ ਲੱਗਦੇ ਕਿਉਂਕਿ ਇਹਨਾਂ ਕੋਲ ਪ੍ਰੈਸ ਆ ਤੇ ਇਹ ਬੰਦੇ ਮੈਨੂਫੈਕਚਰ ਕਰ ਲੈਂਦੇ ਵੀ ਇਹੀ ਵੱਡੇ ਆ ਕਦ ਵੱਡਾ ਬਣਾ ਕੇ ਪੇਸ਼ ਕਰ ਹਾਂ ਤੇ ਇਹ ਸਾਰੇ ਬੰਦੇ ਉਦਾਂ ਹੀ ਮੈਨੂਫੈਕਚਰ ਕੀਤੇ ਤੁਸੀਂ ਔਰ ਜਿੱਦਾਂ ਜਿੱਦਾਂ ਅਸੀਂ ਡੀਕੋਡ ਕਰਦੇ ਹਾਂ ਤੋੜਦੇ ਹਾਂ ਇਮੇਜ ਉਹਦੇ ਵਿੱਚੋਂ ਅਸਲ ਲੋਕਾਂ ਨੂੰ ਦੱਸਦੇ ਹਾਂ ਵੀ ਆਹਾ ਆ ਮੰਨ ਲਓ ਚਰਨਜੀਤ ਸਿੰਘ ਚੰਨੀ ਜੀ ਆ 22 ਦੇ ਵਿੱਚ ਉਹ ਕਹਿ ਕੇ ਗਏ ਆ ਵੀ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਕਰਤਾਰਪੁਰ ਵਿੱਚ ਤਾਂ ਉਹਨਾਂ ਨੇ ਸਾਡੇ ਮੁਕਾਬਲੇ ਆਏ ਪਿੰਡਾਂ ਤੱਕ ਗਏ ਸੀਐਮ ਦੇ ਸਗੇ ਉਹ ਤੇ ਉਹਨਾਂ ਨੇ ਕਿਹਾ ਵੀ ਵੇ ਮੈਂ ਮਸਲੇ ਹੱਲ ਕਰੂੰਗਾ ਤੁਸੀਂ ਮੇਰੇ ਉਹਨਾਂ ਲੋਕ ਪਤਾ ਸੀ ਵੀ ਜਿਹੜੇ ਲੋਕਲ ਕੈਂਡੀਡੇਟ ਦੇ ਨਾਂ ਤੇ ਜੀ ਵੋਟ ਮੰਗੀ ਤੇ ਉਹਨੇ ਹਾਰ ਜਾਣਾ ਬਸ ਪਾ ਦੇ ਸਾਡੇ ਚਾਂਸਸ ਸੀ ਆਲਮੋਸਟ ਸ਼ੋਰ ਹੀ ਸੀ ਵੀ ਅਸੀਂ ਜਿੱਤਣਾ ਤਾਂ ਮੇਰੇ ਸਾਡੇ ਮੁਕਾਬਲੇ ਉਹ ਆਪ ਆਏ ਸਾਡਾ ਇੱਕਦਮ ਮੁਕਾਬਲਾ ਬਾਈਚ ਵੀ ਹੋ ਚੁੱਕਾ ਹੈ ਦੂਜੀ ਵਾਰ ਹੀ ਹੈ ਹਾਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਵੋਟ ਪਾਓ ਤੇ ਮੈਂ ਤੁਹਾਡੇ ਮਸਲੇ ਉਹਨਾਂ ਚੱਲਦੀ ਵੀ ਸੀ ਵੀ ਮਸਲੇ ਹੱਲ ਕਰਨਗੇ ਪਰ ਤੁਸੀਂ ਇਹ ਦੇਖੋ ਵੀ ਬੰਦਿਆਂ ਦੇ ਪ੍ਰਤੀ ਕਿੰਨੀ ਗੈਰ ਜਵਾਬ ਦੇ ਬੇ ਦੇਖਣ ਚ ਪਰਸੈਪਸ਼ਨ ਤਾਂ ਬਹੁਤ ਵੱਡੀ ਆ ਪਰ ਐਕਚੁਅਲੀ ਐਕਟ ਕੀ ਆ ਅਸਲ ਵਿੱਚ ਕੀ ਹੈਗਾ ਕਿੰਨੀ ਕਿ ਜ਼ਿੰਮੇਵਾਰੀ ਲੋਕਾਂ ਪ੍ਰਤੀ ਸਮਝਦੇ ਆ ਬਈ ਵੋਟਾਂ ਪਈਆਂ ਤੇ ਅਮਰੀਕਾ ਚਲ ਗਏ ਤਾਂ ਜਿਹੜੇ ਬੰਦਿਆਂ ਨੇ ਬੋਟ ਪਾਈ ਉਦੋਂ ਝਾੜੂ ਦੀ ਸਰਕਾਰ ਆ ਗਈ ਉਹ ਉਹਨਾਂ ਦਬਾਉਣ ਲੱਗ ਪਈ ਆਪੋਜੀਸ਼ਨ 'ਤੇ ਪਰ ਉਹਨਦੇ ਬਿਲਕੁਲ ਦੇ ਛੱਡ ਗਏ ਬੰਦਿਆਂ ਨੂੰ ਪੁੱਛਿਆ ਤੱਕ ਨਹੀਂ ਔਰ 2 ਸਾਲ ਨਹੀਂ ਪੁੱਛਿਆ ਦੁਬਾਰਾ ਜਲੰਧਰ 'ਚ ਕਦੋਂ ਆਏ ਜਦੋਂ ਉਹਨਾਂ ਲੱਗਾ ਵੀ ਹੁਣ ਮੈਂ ਦੁਬਾਰਾ ਇੱਥੋਂ ਐਮਪੀ ਲੜਨੀ ਤੇ ਉਹਦੇ ਮੁਕਾਬਲੇ ਸਾਡਾ ਦੇਖ ਲਓ ਮਾਲੋ ਜਦੋਂ ਝਾੜੂ ਦੀ ਸਰਕਾਰ ਬਣ ਗਈ 92 ਐਮਐਲਏ ਬਣ ਗਏ ਲੱਗਾ ਵੀ ਅਸੀਂ ਤਾਂ ਹੁਣ ਸੁਪਰ ਪਾਵਰ ਬਣ ਗਏ ਆ ਤੇ ਆਪੋਜੀਸ਼ਨ ਨੂੰ ਕ੍ਰਸ਼ ਕਰ ਦੋ ਹੁਣ ਇਹਨਾਂ ਦੇ ਵਰਕਰਾਂ ਨੂੰ ਧੱਕਾ ਕਰੋ ਤੇ ਅਸੀਂ ਹਾਲਾ ਕਿ ਇੱਕ ਸਾਨੂੰ ਨਿਰਾਸ਼ਾ ਵੀ ਸੀਗੀ ਵੀ ਯਾਰ ਅਸੀਂ ਹਾਰਨ ਵਾਲੇ ਸੀ ਨਹੀਂ ਸੀ ਅਸੀਂ ਹਾਰ ਗਏ ਪਰ ਜਦੋਂ ਅਗਲੇ ਦਿਨ ਹੀ ਸਾਡੇ ਵਰਕਰਾਂ ਧੱਕਾ ਹੋਇਆ ਤੇ ਅਗਲੇ ਦਿਨ ਹੀ ਅਸੀਂ ਪ੍ਰੋਟੈਸਟ ਤੇ ਬੈਠੇ ਸੀ ਔਰ ਅਸੀਂ ਕਿਤੇ ਨਹੀਂ ਗਏ ਇੱਥੇ ਲੋਕਾਂ ਚ ਇੱਥੇ ਹੀ ਰਹੇ ਦੋ ਸਾਲ ਪਰ ਚੰਨੀ ਸਾਹਿਬ ਕਹਿੰਦੇ ਉਹ ਢਿੱਲੇ ਸੀਗੇ ਇਲਾਜ ਲੂਜ਼ ਕਰਾਉਣ ਗਏ ਸੀ ਮੈਂ ਕਹਿੰਦਾ ਕੋਈ ਰੀਜ਼ਨ ਹੋਵੇ ਤੁਸੀਂ ਆਲਟਰਨੇਟਿਵ ਆਪਸ਼ਨ ਦੇ ਕੇ ਜਾਓ ਵੀ ਜੇ ਮੈਂ ਜਾ ਰਿਹਾ ਆਂ ਤਾਂ ਮੇਰੀ ਬੋਰਡ ਤਾਂ ਲਈ ਹੈ ਨਾ ਅਗਲਾ ਕਿੱਥੇ ਉਹਦਾ ਕ੍ਰਾਈਸਿਸ ਖੜਾ ਹੋ ਗਿਆ ਤੁਹਾਨੂੰ ਬੋਰਡ ਦੇ ਗਏ ਤਾਂ ਉਹਦਾ ਮੰਨ ਲਓ ਅਸੀਂ ਕਿਤੇ ਬਾਹਰ ਜਾ ਰਹੇ ਆਂ ਜਿਹਨੂੰ ਕਿਤੇ ਬਾਹਰ ਜਾਣਾ ਪੈ ਜਾਵੇ ਤਾਂ ਮੈਂ ਆਪਸ਼ਨ ਤਾਂ ਬਣਾ ਕੇ ਜਾਊਂਗਾ ਵੀ ਮੇਰੀ ਐਬਸੈਂਸ ਦੇ ਵਿੱਚ ਆਹ ਬੰਦਾ ਤੁਹਾਡੀ ਮਦਦ ਕਰੂਗਾ ਮੈਂ ਅੱ데 ਤਾਂ ਨਹੀਂ ਕਰਕੇ ਜਾਊਂਗਾ ਤੇ ਇਸ ਕਰਕੇ ਔਰ ਦੂਜਾ ਤੁਸੀਂ ਉਹ ਕਾਂਗਰਸ ਦੇ ਵਿੱਚ ਰਹੇ ਆ ਤੁਸੀਂ ਕਾਂਗਰਸ ਦਾ ਸਾਰਾ ਦੇਖੋ ਵੀ ਕਾਂਗਰਸ ਦੀ ਇੱਕ ਪਰਸੈਪਸ਼ਨ ਇੱਕ ਉਧਾਰਵਾਦੀ ਬਣਾਈ ਗਈ ਆ ਵੀ ਇਹ ਬੀਜੇਪੀ ਬਹੁਤ ਮਤਲਬ ਕਟੜ ਆ ਜਾਂ ਲੋਕਾਂ ਦੇ ਖਿਲਾਫ ਕੰਮ ਕਰਦੀ ਆ ਤੇ ਕਾਂਗਰਸ ਬਚਾਉਂਦੀ ਆ ਹੁਣ ਅਸੀਂ ਇਹਨਾਂ ਦਾ ਮੈਨੀਫੈਸਟੋ ਕੱਢਿਆ 17 ਦਾ ਹਮਮਤਲਬ ਹਰ ਮਤਲਬ ਇੱਕ ਤਰ੍ਹਾਂ ਲੋਕਾਂ ਨਾਲ ਧੋਖੇ ਦੀ ਜਿਹੜੀ ਆ ਪਰਸੈਪਸ਼ਨ ਜਿਹੜੀ ਤਿਆਰ ਕੀਤੀ ਜਾਂਦੀ ਆ ਉਹਦੇ ਵਿੱਚ ਕਿਹਾ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਇਹੀ ਕੈਬਨਿਟ ਮਨਿਸਟਰ ਰਹੇ ਉਹਦੇ ਵਿੱਚ ਠੀਕ ਆ ਕਿ ਨਹੀਂ ਚੰਨੀ ਸਾਹਿਬ ਵੀ ਸੀਗੇ ਘਰ ਘਰ ਨੌਕਰੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਫਿਰ ਇਹ ਕਿਹਾ ਸੀ ਵੀ ਜਿੰਨੇ ਬੇਕਾਰੇ ਲੋਕ ਆ ਮਿਲਾਂ ਨੌਨਕਾਤੀ ਪ੍ਰੋਗਰਾਮਸ ਹਾਂ ਸੀਗਾ ਬਈ ਜਿੰਨੇ ਬੇਕਾਰ ਲੋਕ ਸਾਰਿਆਂ ਨੂੰ ਘਰ ਬਣਾ ਕੇ ਦੇਣੇ ਕਿਸੇ ਦਾ ਘਰ ਨਹੀਂ ਬਣਿਆ ਫਿਰ ਇਹ ਕਿਹਾ ਵੀ 4 ਹਫਤੇ ਅਚ ਨਸ਼ਾ ਖਤਮ ਕਰਨਾ ਕਿਸੇ ਦਾ ਨਹੀਂ ਕੋਈ ਨਸ਼ਾ ਨਹੀਂ ਖਤਮ ਹੋਇਆ ਫਿਰ ਇਹ ਕਿਹਾ ਸੀ ਵੀ 33% ਰਜ਼ਰਵੇਸ਼ਨ ਦੇਣੀ ਆ ਅਸੀਂ ਔਰਤਾਂ ਨੂੰ ਜੋਬਸ ਦੇ ਵਿੱਚ ਤੇ এডਿਕੇਸ਼ਨ ਇੰਸਟੀਟਿਊਸ਼ਨ ਉਹ ਨਹੀਂ ਹੋਈ ਫਿਰ ਕਿਸਾਨਾਂ ਦਾ ਇਹ ਕਿਹਾ ਸੀ ਵੀ ਅਸੀਂ ਕਰਜ਼ਾ ਮੁਕਤੀ ਕਰ ਦਵਾਂਗੇ ਉਹ ਨਹੀਂ ਹੋਈ ਬਈ ਇਹ ਜਿਹੜਾ ਇਹਨਾਂ ਦਾ মিডিਆ ਸਪੇਸ ਉਹਦੇ ਵਿੱਚ ਜਿਸ ਤਰ੍ਹਾਂ ਆਪ ਨੇ ਕੀਤਾ ਆਪ ਨੇ ਕੀ ਕੀਤਾ ਬਈ ਜਦੋਂ ਉਹਨਾਂ ਨੂੰ ਲੱਗਾ ਬਈ ਬਈ ਕਾਂ ਬੀਜੇਪੀ ਦੇ ਅਲਟਰਨੇਟਿਵ ਅਸੀਂ ਖੜੇ ਕਰਨੇ ਮਤਲਬ ਮੈਨੂੰ ਤਾਂ ਇਹ ਸਾਰੀ ਪ੍ਰੋਗਰਾਮਿੰਗ ਇਦਾਂ ਲੱਗਦੀ ਆ ਠੀਕ ਹੈ ਜੀ ਬਈ ਬੀਜੇਪੀ ਦੇ ਵਰਗੀ ਰਿਲੇਟਿਡ ਪਾਰਟੀ ਆ ਜਿਹੜੀ ਉਹਨਾਂ ਦੇ اپੋਜੀਸ਼ਨ ਚ ਨਹੀਂ ਆਪ ਇਹ ਖੜੀ ਕੀਤੀ ਤਾਂ ਕਿ ਜਿਹੜੇ ਐਕਚੁਅਲ ਦੇ ਵਿੱਚ ਬੀਜੇਪੀ ਦੀਆਂ ਪਾਲਿਸੀ ਦੇ ਖਿਲਾਫ ਕਰਦੀਆਂ ਧਿਰਾਂ ਆ ਉਹ ਉਹਨਾਂ ਦੇ ਪੈਲਰ ਨਾ ਆ ਸਕਣ ਵੀ ਉਹਨਾਂ ਦਾ ਸਪੇਸ ਨਾ ਬਣ ਸਕੇ ਤੇ ਉਹਨਾਂ ਨੇ ਦੇਖ ਲਓ ਭੁੱਖੜ ਧਾਲ ਰਖਾਈ ਦਿੱਲੀ ਦੇ ਵਿੱਚ ਤੇ ਸਾਰਾ ਨੈਸ਼ਨਲ ਮੀਡੀਆ ਫੋਕਸ ਕਰ ਦਿੱਤਾ ਤੇ ਉਹਦੇ ਵਿੱਚ ਉਹ ਨੈਸ਼ਨਲ ਲੀਡਰ ਬਣ ਕੇ ਨਿਕਲ ਖੜਾ ਤੇ ਜਦੋਂ ਹੁਣ ਕ੍ਰਾਈਸਿਸ ਪਿਆ ਤੇ ਉਹਨਾਂ ਦੇ ਜਿਹੜੇ ਐਮਪੀ ਰਾਗਵ ਚੱਡਾ ਜੀ ਆ ਉਹ ਕਿਤੇ ਨਹੀਂ ਲੰਬਦੇ ਕਿਤੇ ਨਹੀਂ ਲੋਕਾਂ ਨੂੰ ਲੀਡ ਕਰਦੇ ਪੰਜਾਬ ਦੇ ਵਿੱਚ 92 ਐਮਐਲਏ ਬਣੇ ਤੇ ਉਹਦੇ ਵਿੱਚੋਂ ਲੋਕ ਸਭਾ ਸਾਰੇ ਇਹ ਲੈ ਗਈ ਪਰ ਕਿਤੇ ਪੰਜਾਬ ਦਾ ਇਸ਼ੂ ਨਹੀਂ ਐਡਰੈਸ ਕਰਦੇ ਪਏ ਤੇ ਇਸ ਕਰਕੇ ਤੁਸੀਂ ਇਹ ਦੇਖੋ ਵੀ ਐਕਚੁਅਲ ਬੰਦੇ ਕੁਝ ਨਹੀਂ ਆ ਪਰ মিডিਆ ਦੇ ਰਾਹੀਂ ਬਾਰ ਬਾਰ ਰੈਪਿਟੀਸ਼ਨ ਦੇ ਨਾਲ ਅਸੀਂ ਜਦੋਂ ਪੜਦੇ ਆ ਬਹੁਤ ਵੱਡੇ ਆ ਪਰ ਵੱਡੇ ਤਾਂ ਹੈਗੇ ਪਰ ਲੋਕਾਂ ਦੇ ਕੰਮ ਕਿੰਨੇ ਆ ਰਹੇ ਕੰਮ ਕਿਤੇ ਨਹੀਂ ਆ ਰਹੇ ਬਲੰਦਰ ਕੁਮਾਰ ਜੀ ਮੈਨੂੰ ਇਹ ਦੱਸਿਓ ਕਿ ਚੰਨੀ ਸਾਹਿਬ ਨੂੰ ਫਿਰ ਜਲੰਧਰ ਲਿਆਉਣ ਦਾ ਮਕਸਦ ਕੀ ਹੋਇਆ ਕਿ ਇੱਥੇ ਮੁਕਾਬਲਾ ਵੱਡਾ ਸੀ ਕਿੱਥੇ ਸ਼੍ਰੀ ਚਮਕੌਰ ਸਾਹਿਬ ਕਿੱਥੇ ਪਧੌੜ ਮੈਂ ਤੈਨੂੰ ਆਪਣੇ ਰਿਲੇਸ਼ਨ ਚ ਦੇਖਦਾ ਵੀ ਜਿਹੜੀ ਉਹਨਾਂ ਦੀ ਸਥਾਪਿਤ ਦਲਿਤ ਲੀਡਰਸ਼ਿਪ ਸੀ ਸ਼ੈਡਿਊਲ ਕਾਸਟਾਂ ਚੋਂ ਲੀਡਰਸ਼ਿਪ ਸੀ ਤੇ ਅਸੀਂ ਜਦੋਂ 19 ਚ ਪਹਿਲੀ ਵਾਰ ਲੜੇ ਤਾਂ ਅਸੀਂ 2 ਲੱਖ ਬੋਟ ਲੈ ਗਏ ਅਸੀਂ ਬਹੁਤ ਆ ਸਾਰਾ ਸਪੇਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਦੋਂ 19 ਚ ਵੀ ਤੁਸੀਂ ਦੇਖੋ ਵੀ ਜਦੋਂ ਮੈਂ 19 ਚ ਪਹਿਲੀ ਵਾਰ ਆਇਆ ਅਸੀਂ ਤਾਂ ਨਵੇਂ ਸੀ ਬਿਲਕੁਲ ਇਸ ਸਫੀਅਰ ਦੇ ਵਿੱਚ ਪਹਿਲੀ ਵਾਰ ਮੈਂ ਲੋਕ ਸਭਾ ਇਲੈਕਸ਼ਨ ਲੜੇ ਸਾਨੂੰ ਬਹੁਤਾ ਐਕਸਪੀਰੀਅੰਸ ਵੀ ਨਹੀਂ ਸੀ ਔਰ ਕਾਂਗਰਸੀ ਸਰਕਾਰ ਸੀ ਕਾਂਗਰਸ ਸਰਕਾਰ ਸੀ ਉਹਨਾਂ ਸਾਰੇ ਸਰਪੰਚ ਕੌਂਸਲਰ ਸਾਰਾ ਇਨਵਰਸੇਸ਼ਨ ਹੋਣਾ ਸੀ ਔਰ ਸਿਟਿੰਗ ਐਮਪੀ ਸੀ ਜੀ ਚੌਧਰੀ ਸਾਹਿਬ ਉਹਨਾਂ ਦੇ ਜਿਹੜੀ اپوزیشن ਸੀਗੀ ਉਹਦੇ ਵਿੱਚ ਸੀਗੇ ਅਟਵਾਲਸ ਜੀ ਲੋਕ ਸਭਾ ਦੇ ਡਿਪਟੀ ਸਪੀਕਰ ਤੇ ਅਕਾਲੀ ਭੀਜੇਪੀ ਦਾ ਗੱਠ ਜੁੜਨ ਤੇ ਭੀਜੇਪੀ ਦੀ ਸੈਂਟਰ ਚ ਸਰਕਾਰ ਜੀ ਤੇ ਉਹਦੇ ਆਪ ਵੱਲੋਂ ਸੀ ਜਸਟਿਸ ਜੋਰਾ ਸਿੰਘ ਜੀ ਤੇ ਚੌਥੇ ਨੰਬਰ ਤੇ ਸੀਗੇ ਅਸੀਂ ਜੀ ਤੇ ਕੇਸ ਸਟ੍ਰੀਚਰ ਦੇ ਬੰਦੇ ਸੀ ਪਰਸੈਪਸ਼ਨ ਚ ਤਾਂ ਉਹਦੇ ਵਿੱਚੋਂ ਅਸੀਂ 2 ਲੱਖ ਵੋਟਾਂ ਲੈ ਕੇ ਗਏ ਆਪ ਦੀ ਮੇਰੇ ਕੋਲ 50000 ਬਣੀ ਸੀ 25 25 ਗਏ ਸੀ ਤੇ ਮਤਲਬ ਉਹ ਮੈਨੂੰ ਇਹ ਲੱਗਦਾ ਵੀ ਜਿਹੜਾ ਸਾਡਾ ਉਹ ਸਪੇਸ ਹੈਗਾ ਮਤਲਬ ਜਿਹੜਾ ਉਹ ਤੋਂ ਅਸੀਂ ਉੱਭਰੇ ਆ ਕਾਂਗਰਸ ਦੀ ਲੋਕਲ ਲੀਡਰਸ਼ਿਪ ਨੂੰ ਲੱਗਦਾ ਨਹੀਂ ਵੀ ਉਹ ਸਾਡੇ ਨਾਲ ਕੰਪੀਟ ਕਰ ਸਕਦੇ ਵੀ ਸਾਡਾ ਜਿਹੜਾ ਬੇਸ ਹੈਗਾ ਸ਼ੈਡਿਊਲ ਕਾਸਟਾਂ ਵਾਲਾ ਵੀ ਜਿਹੜਾ ਅਸੀਂ ਫ੍ਰੀਲੀ ਲੈਂਦੇ ਰਹੇ ਕੁਝ ਕੀਤਾ ਵੀ ਹੈ ਨਹੀਂ ਅੱਜ ਵੀ ਬੰਦੇ ਕੋਈ ਹਰਬ ਚ ਜਾ ਰਿਹਾ ਕੋਈ ਕਿਤੇ ਜਾ ਰਿਹਾ ਨੌਕਰੀ ਲਈ ਮੋਢਲੀਆਂ ਸੁਵਿਧਾਵਾਂ ਵੀ ਹੈ ਨਹੀਂ ਸਾਡੇ ਕਾਫੀ ਪਿੰਡਾਂ 'ਚ ਉਧਰ ਜਿਹੜੀ ਕਰਤਾਰ ਕਾ ਵੀ ਕੈਂਸਰ ਫੈਲਿਆ ਆ ਠੀਕ ਹੈ ਜੀ ਕੋਈ ਬੰਦੇ ਦਾ ਇਲਾਜ ਨਹੀਂ ਹੋ ਰਿਹਾ ਘਰ ਉੱਜੜ ਰਹੇ ਆ ਤੇ ਇੰਨੀਆਂ ਜਿਹੜੀਆਂ ਆ ਬਈ ਬੰਦਿਆਂ ਦੀ ਵੋਟ ਵੀ ਲਈ 75 ਸਤਾਸ ਕਾਂਗਰਸ ਨੇ ਲਈ ਕਾਂਗਰਸੀ ਬੋਟ ਲੈਂਦੀ ਮਾਈਨੋਰਟੀ ਦੀ ਵੀ ਜੀ ਤੇ ਐਸਸੀ ਦੀ ਵੀ ਦੋ ਪੱਕੀਆਂ ਧਿਰਾਂ ਆ ਉਹਨਾਂ ਦੀਆਂ ਤੇ ਜਦੋਂ ਹੁਣ ਅਸੀਂ ਆਏ ਅਸੀਂ ਰੈਗੂਲਰ ਕੰਮ ਕਰਨਾ ਸ਼ੁਰੂ ਕੀਤਾ ਅਸੀਂ ਬਦਲਵੇਂ ਆਪਸ਼ਨ ਦਿੱਤੀ ਉਹਨਾਂ ਨੂੰ ਤੇ ਉਹ ਉਹਨਾਂ ਦਾ 베 ਸਾਡੇ ਵੱਲ ਆਇਆ ਤੇ ਉਹਨਾਂ ਨੂੰ ਮੈਨੂੰ ਜੋ ਲੱਗਦਾ ਵੀ ਉਹਨਾਂ ਲੱਗਿਆ ਵੀ ਜੋ ਚੰਨੀ ਮੰਦਾ ਚੰਨੀ ਸਾਹਿਬ ਇੱਥੇ ਲਿਆਂਦੇ ਗਏ ਆ ਮੈਨੂੰ ਲੱਗਦਾ ਜਿਹੜੀ ਲੋਕਲ ਲੀਡਰਸ਼ਿਪ ਹੈ ਸਾਡੇ ਕੋਲ ਸ਼ਡਿਊਲ ਤਾਸ ਇਦਾਂ ਦੀ ਕੋਈ ਨਹੀਂ ਰਹੀ ਵੀ ਜਿਹੜੀ ਸਾਡੇ ਨਾਲ ਮੁਕਾਬਲਾ ਕਰ ਸਕੇ ਤੇ ਇਸ ਕਰਕੇ ਬਾਹਰੋਂ ਲੈ ਕੇ ਆਏ ਆ ਇਹ ਇਹ ਮੈਨੂੰ ਇੱਕ ਹੋਰ ਦੱਸਿਓ ਮਹਿੰਦਰ ਸਿੰਘ ਕੇਪੀ ਤਿੰਨ ਚਾਰ ਵਾਰ ਦੇ ਐਮਐਲਏ ਮਨਿਸਟਰ ਰਹਿ ਪੰਜਾਬ ਦੇ ਵਿੱਚ ਫਿਰ ਐਮਪੀ ਰਹਿ ਕਾਂਗਰਸ ਦੇ ਸੂਬਾ ਪ੍ਰਧਾਨ ਰਹਿ ਉਹ ਅਕਾਲੀਆਂ ਵੱਲੋਂ ਚੋਣ ਲੜ ਰਹੇ ਆ ਪਵਨ ਕੁਮਾਰ ਟੀਨੂ ਜੀ ਲੋਕ ਸਵਾਲ ਇਲੈਕਸ਼ਨ ਵੀ ਲੜ ਹਟੇ ਪਹਿਲਾ ਫਲੋਰਾ ਹਲਕੇ ਤੋਂ ਵੀ ਫਿਰ ਜਲੰਧਰ ਵਾਲੇ ਪਾਸਿਓਂ ਵੀ ਉਹਦੇ ਤੋਂ ਬਾਅਦ ਦੋ ਵਾਰ ਦੇ ਐਮਐਲਏ ਨੇ ਹੋਇਆ ਕਾਲੀਦਾਲ ਚ ਵੱਡੇ ਅਹੁਦੇ ਤੇ ਸੀ ਐਦਕੀ ਆਪ ਦੇ ਕੈਂਡੀਡੇਟ ਨਹੀਂ ਰਿੰਕੂ ਸਾਹਿਬ ਕਾਂਗਰਸ ਤੋਂ ਹੋ ਕੇ ਆਪ ਚੋਂ ਹੋ ਕੇ ਸੀਲ ਰਿੰਕੂ ਜੀ ਬੀਜੇਪੀ ਦੇ ਕੈਂਡੀਡੇਟ ਨੇ ਐਮਪੀ ਐਮਐਲਏ ਉਹ ਵੀ ਰਹੇ ਜਣੀ ਕਦ ਸਾਰਿਆਂ ਦੇ ਵੱਡੇ ਨੇ ਜਿਹੜੇ ਬੰਦੇ ਥੋੜੇ ਮੁਕਾਬਲੇ ਤੇ ਆ ਕਿਵੇਂ ਦੇਖਦੇ ਹਾਂ ਸਾਰੀ ਚੀਜ਼ ਨੂੰ ਮੈਂ ਉਹੀ ਕਹਿ ਰਿਹਾ ਵੀ ਜਦੋਂ ਇਹਨਾਂ ਦੇ ਵੱਡੇ ਕਦ ਸੀ ਉਦੋਂ ਹੀ ਅਸੀਂ ਇਹਨਾਂ ਦੇ ਬਰਾਬਰ ਆ ਗਏ ਜੀ ਸਾਡੇ ਕੋਲ ਸਿਰਫ ਜਿਹੜਾ ਬੀਐਸਪੀ ਦੇ ਅਸੀਂ ਕਾਰਡ ਦੇਖੀ ਸਾਡੇ ਕੋਲ mass media ਨਹੀਂ ਆ ਠੀਕ ਹੈ ਜੀ ਜੇ ਅਸੀਂ ਰੈਗੂਲਰ mass media ਵਿੱਚ ਆਈਏ ਤੇ ਜਿਹੜੀ ਹੁਣ ਲੋਕਾਂ ਤੱਕ ਸਾਡੀ ਅਪੀਲ ਜਾਂਦੀ ਉਹ ਫਿਜ਼ੀਕਲੀ ਜਾਂਦੀ ਜਿੰਨਾ ਕ ਅਸੀਂ ਵਰਕ ਕਰਦੇ ਹਾਂ ਠੀਕ ਹੈ ਜੀ ਜਿਹੜੀਆਂ ਵੱਡੀਆਂ ਨਿਊਜ਼ਪੇਪਰਜ਼ ਹੈਗੀਆਂ ਆ ਮੈਂ ਤੁਹਾਨੂੰ ਛੋਟੇ ਜਿਹੇ ਐਗਜ਼ਾਮਪਲ ਦਿੰਦਾ ਜਦੋਂ ਗੁਰਪੁਰਬ ਹੁੰਦਾ ਗੁਰੂ ਅਰਜਨ ਦੇਵ ਜੀ ਜੀ ਤੇ ਜਮੀਨ ਦੇ ਸਾਰੇ ਅਸੀਂ ਹੁੰਦੇ ਆ ਤੇ ਸਵੇਰੇ ਜਿਹੜੀ ਅਖਬਾਰਾਂ ਚ ਖਬਰ ਹੁਣੀ ਚਾਹੁੰਦੀ ਚਾਹਦੀ ਤੇ ਜਨਰਲ ਪਰਸੈਪਸ਼ਨ ਤੇ ਇਹੀ ਬਣਦੀ ਵੀ ਇਹੀ ਵੱਡੇ ਲੀਡਰ ਆ ਇਹਨਾਂ ਦੇ ਸਾਨੂੰ ਅਸੀਂ ਤਾਂ ਇਦਾਂ ਹੁੰਦੇ ਵੀ ਜਦੋਂ ਸੜਕ ਤੇ ਤੁਰੇ ਹੁੰਦੇ ਆ ਠੀਕ ਹੈ ਤੋ ਜਿਹੜੇ ਵੱਡੇ ਬੰਦੇ ਆ ਉਹ ਇਸ ਪਰਸੈਪਸ਼ਨ ਚ ਸਾਰੇ ਨਿਕਲੇ ਹੈਗੇ ਆ ਤੇ ਪਰ ਜਮੀਨੀ ਤੌਰ ਤੇ ਸਾਡੀਆਂ ਰੂਟਸ ਹੈਗੀਆਂ ਤੇ ਜਦੋਂ ਐਕਚੁਅਲ ਮੁਕਾਬਲਾ ਆਉਂਦਾ ਤੇ ਅਸੀਂ ਇਹਨਾਂ ਦੇ ਨੇੜੇ ਤੇੜੇ ਹੀ ਰਹਿੰਦੇ ਹੈਗੇ ਠੀਕ ਹੈ ਜੀ ਅੱਛਾ ਬਲਵਿੰਦਰ ਕੌਰ ਜੀ ਤੁਸੀਂ ਬਾਰ-ਬਾਰ ਭਾਈ ਚਾਰੀ ਦਾ ਜ਼ਿਕਰ ਕੀਤਾ ਕਿਸਾਨਾਂ ਦਾ ਬਹੁਤ ਵੱਡਾ ਵੋਟ ਬੈਂਕ ਹੈ ਜਲੰਧਰ ਲੋਕ ਸਭਾ ਹਲਕੇ ਚ ਕੀ ਸਾਰੇ ਪੰਜਾਬ ਦੇ ਵਿੱਚ ਕੀ ਬੋਝਨ ਸਮਾਜ ਪਾਰਟੀ ਦੇ ਬਾਰੇ ਪਹਿਲਾਂ ਪਰਸੈਪਸ਼ਨ ਸੀ ਕਿ ਇੱਕ ਭਾਈਚਾਰੇ ਖਾਸ ਲਈ ਕੰਮ ਕਰਦੀ ਹੈ ਕੀ ਜਿਹੜਾ ਛੋਟਾ ਕਿਸਾਨ ਹੈ 2 ਏਕੜ ਵਾਲਾ 3 ਏਕੜ ਵਾਲਾ ਢੂੜ ਏਕੜ ਵਾਲਾ ਜਾਂ ਕਈ ਬੰਦੇ ਬੇਜ਼ਮੀਨੇ ਨੇ ਉਹ ਖੇਤੀਬਾੜੀ ਦੂਸਰਿਆਂ ਦੀ ਜ਼ਮੀਨ ਠੇਕੇ ਤੇ ਲੈ ਕੇ ਕਰਦੇ ਆ ਕੀ ਬੋਝਨ ਸਮਾਜ ਪਾਰਟੀ ਦੇ ਏਜੰਡੇ ਦੇ ਉੱਤੇ ਉਹ ਵੀ ਹੈਗੇ ਨੇ ਦੇਖੋ ਪਹਿਲਾਂ ਮੈਂ ਜਿਹੜਾ ਉਹਨਾਂ ਨੇ ਸਾਡੀ ਪਰਸੈਪਸ਼ਨ ਬਣਾਤੀ ਵੀ ਇਹ ਦਲਤਾਂ ਦੀ ਪਾਰਟੀ ਅੱਛਾ ਉਹਨਾਂ ਨੇ ਬਣਾਤੀ ਅਸੀਂ ਤਾਂ ਬਹੁਜਨ ਆਂ ਦਲਿਤ ਤੇ ਥੋੜੀ ਆਂ ਠੀਕ ਹੈ ਜੀ ਮੰਨ ਲਓ ਬਹੁਜਨ ਦਲਿਤ ਸਮਾਜ ਪਾਰਟੀ ਥੋੜੀ ਰੱਖਿਆ ਜੀ ਬਹੁਜਨ ਸਮਾਜ ਪਾਰਟੀ ਰੱਖਿਆ ਵੀ ਬਹੁਜਨ ਮੰਨ ਲਓ ਬਹੁਗਿਣਤੀ ਲੋਕ ਇਸ ਪ੍ਰਬੰਧ ਦੇ ਦਾਇਰੇ 'ਚ ਨਹੀਂ ਹੈਗੇ ਠੀਕ ਹੈ ਜੀ ਵੈਲਫੇਅਰ ਮੰਨ ਲਓ ਉਹਨਾਂ ਦੀ ਪਾਲਿਸੀ ਮੇਕਿੰਗ 'ਚ ਨਹੀਂ ਆਉਂਦੇ ਵੀ ਉਹ ਅਸੀਂ ਆਰਗੇਨਾਈਜ਼ ਕਰੀਏ ਤੇ ਅਸੀਂ ਹੁਣ ਸਾਬਕਾਂਸ਼ੀ ਰਾਮ ਜੀ ਨੇ ਬਾਮਸੇ ਬਣਾਈ ਬੈਕਵਰਡ ਐਂਡ ਮਾਈਨੋਰਟੀਜ਼ employees federation ਠੀਕ ਹੈ ਜੀ ਵੀ ਬੈਕਵਰਡ ਮੰਨ ਲਓ ਜਿੰਨੀਆਂ এডੂਕੇਸ਼ਨਲੀ ਤੇ ਸੋਸ਼ੀਅਲੀ ਬੈਕਵਰਡ ਗਰੁੱਪਸ ਆ ਜੀ ਉਹਦੇ ਵਿੱਚ ਸਾਰੇ ਆ ਗਏ ਚਾਹੇ ਉਹ ਕਿਸਾਨੀ ਦਾ ਮਤਲਬ ਜਿਹੜਾ ਪਿੰਡੂ ਤਬਕਾ ਆ ਉਹ এডੂਕੇਸ਼ਨਲੀ ਵੀ ਬੈਕਵਰਡ ਆ ਤੇ ਸੋਸ਼ੀਅਲੀ ਵੀ ਤੇ ਮਾਈਨੋਰਟੀਜ਼ ਤਾਂ ਸਪੇਸ ਤਾਂ ਸਾਡਾ ਪਹਿਲਾਂ ਹੀ ਬਹੁਤ ਵੱਡਾ ਆ ਠੀਕ ਹੈ ਪਰ ਮੈਂ ਉਹੀ ਕਹਿ ਰਿਹਾ ਵੀ ਜਿਹੜੀ ਸਾਡੇ ਕੋ ਇੱਕ ਅਸੀਂ ਇੱਕ ਮਤਲਬ ਮੈਸੇਜ ਸਟਰਕਚਰ ਕਰਨਾ ਸੀ ਉਹ ਸਭ ਕਾਂਸ਼ੀ ਰਾਮ ਜੀ ਚਲੋ ਉਹ ਤਾਂ ਕਰ ਗਏ ਜੀ ਮਤਲਬ ਉਸ ਤਰ੍ਹਾਂ ਸਾਡੀ ਜਿਹੜੀ ਸਾਡੇ ਵਿਰੋਧੀਆਂ ਨੇ ਮੇਜ ਦਿੱਤੀ ਬਦਲਤਾ ਦੀ ਪਾਰਟੀ ਆ ਉਹ ਮਾਸਸ ਦੇ ਵਿੱਚ ਜਿਆਦਾ ਘਰ ਕਰ ਗਈ ਪਰ ਜੇ ਤੁਸੀਂ ਕਾਂਗਰਸ ਬੀਜੇਪੀ ਚ ਆਪ ਦੇਖੋ ਐਕਚੁਅਲ ਇਹ ਵੀ ਤਾਂ ਜ਼ਿਆਦਾਤਰ ਜਿਹੜੀ ਪੂੰਜੀਪਤੀਆਂ ਦੀਆਂ ਪਾਰਟੀਆਂ ਆ ਪਰ ਇਹਨਾਂ ਬਾਰੇ ਪਰਸੈਪਸ਼ਨ ਇਹ ਆ ਵੀ ਓਵਰਆਲ ਸੋਸਾਇਟੀ ਨੂੰ ਰਿਪਰੈਜ਼ੈਂਟ ਕਰਦੀ ਮੰਨ ਲਓ ਉਹਨਾਂ ਨੇ ਆਪਣੀ ਪਰਸੈਪਸ਼ਨ ਆਪਣੇ ਬਾਰੇ ਮੈਸੇਜ ਇਦਾਂ ਘੜ ਲਿਆ ਸਾਡੀ ਸਿਰਫ ਘਾਟੇ ਹੀ ਰਹੀ ਸਾਡੇ ਕੋਲ ਫਰ ਮਤਲਬ ਫਾਊਂਡੇਸ਼ਨ ਵਿੱਚ ਤਾਂ ਉਹੀ ਮੈਸੇਜ ਆ ਸਾਰਿਆਂ ਲਈ ਆ ਪਰ ਇਹ ਐਕਚੁਅਲ ਲੋਕਾਂ ਚ ਨਹੀਂ ਗਿਆ ਲੋਕਾਂ ਸਾਡੇ ਖਿਲਾਫ ਹੀ ਚਲਾ ਗਿਆ ਉਹ ਸਾਡੇ ਲਈ ਇੱਕ ਬੈਰੀਅਰ ਬਣ ਗਿਆ ਉਹਦੇ ਕਰਕੇ ਹੋਇਆ ਵੀ ਅਸੀਂ ਚਾਹੇ ਉਸ ਮੰਚ ਤੇ ਚਾਹੇ ਅਸੀਂ ਜਿੰਨੇ ਮਰਜ਼ੀ ਚੰਗੇ ਖੜੇ ਹੋਈਏ ਜਨਰਲ ਜਦੋਂ ਹੀ ਦੇਖਣਾ ਪਾਰਟੀਬਲ ਉਹਨਾਂ ਨੂੰ ਲੱਗਣਾ ਵੀ ਦਲਤਾਂ ਦੀ ਪਾਰਟੀ ਹੈ ਜੀ ਵੀ ਇਹ ਨਹੀਂ ਦਲਤਾਂ ਦੀ ਗੱਲ ਕਰਨੀ ਤਾਂ ਉਹ ਬਾਕੀ ਸੈਕਸ਼ਨ ਦਾ ਬਾਹਰ ਨਿਕਲ ਗਏ ਤੇ ਦਲਤਾਂ ਵਿੱਚੋਂ ਵੀ ਸਾਨੂੰ ਅੱਧੀ ਕਿ ਬੋਟ ਪੈਣੀ ਕਿਉਂਕਿ ਬਹੁਤੇ ਇਦਾਂ ਦੇ ਸੋਚਦੇ ਹੁੰਦੇ ਵੀ ਯਾਰ ਇਹ ਜੇ ਦਲਤਾਂ ਦੀ ਵੋਟ ਪੈਣੀ ਨਹੀਂ ਜਿਤਨਾ ਨਹੀਂ ਤਾਂ ਅਸੀਂ ਕਿਸੇ ਜੇਤੂ ਪਾਰਟੀ ਨੂੰ ਜੇਤੂ ਪਾਰਟੀ ਨੂੰ ਪਾ ਦਿੰਦੇ ਤੋ ਪਰਸੈਪਸ਼ਨ ਸਾਡੇ ਖਿਲਾਫ ਜਿਹੜੀ ਬਿਲਡ ਹੋਈ ਆ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਪਰਸੈਪਸ਼ਨ ਨੂੰ ਬ੍ਰੇਕ ਕਰੀ ਔਰ ਤੁਸੀਂ ਭੈਣ ਜੀ ਦੇ 5 ਸਾਲ ਦੇਖੋ ਅਸੀਂ ਯੂਪੀ ਵਾਲੇ ਹਾਂਜੀ ਠੀਕ ਹੈ ਜੀ ਤੁਸੀਂ ਦੇਖੋ ਕਿਸਾਨਾਂ ਦਾ ਜਿਹੜਾ ਇਮੀਡੀਟ ਪੇਮੈਂਟ ਕਿੱਥੇ ਹੁੰਦੀ ਰਹੀ ਯੂਪੀ 'ਚ ਜਿਹੜੇ ਗੰਨੇ ਦੇ ਰੇਟ ਜਿਹੜੇ ਵਧੇ ਆ ਯੂਪੀ 'ਚ ਵਧੇ ਹੈਗੇ ਠੀਕ ਹੈ ਕਿ ਨਹੀਂ ਬਕਾਇਆ ਜਿੰਨਾ ਹੈਗਾ ਉੱਥੇ ਹੋਇਆ ਫਿਰ ਇਹ ਆ ਵੀ 5 ਸਾਲਾਂ ਚ ਕਿਸੇ ਤੇ ਕੋਈ ਐਟ੍ਰੋਸਿਟੀ ਨਹੀਂ ਹੋਈ ਕੋਈ ਡੈਥ ਨਹੀਂ ਹੋਈ ਤੇ ਕਈ ਪੰਜਾਬ ਦੇ ਵੀ ਬੰਦੇ ਹੈਗੇ ਆ ਜਦੋਂ ਜ਼ਮੀਨ ਲੈਂਡ ਡਿਸਟ੍ਰੀਬਿਊਸ਼ਨ ਕੋਈ ਉਹਨਾਂ ਦਾ ਸ਼ੇਅਰ ਬਣਦਾ ਸੀ ਤਾਂ ਉਹਨਾਂ ਨੂੰ ਦਿੱਤਾ ਹੈਗਾ ਫਿਰ ਹਸਪਤਾਲ ਬਣੇ ਫਿਰ ਸਕੂਲ ਬਣੇ ਕਾਲਜ ਬਣੇ ਯੂਨੀਵਰਸਿਟੀਆਂ ਬਣੀਆਂ ਮਤਲਬ ਐਕਚੁਅਲੀ ਡਿਵੈਲਪਮੈਂਟ ਜਿਹੜੀ ਉਹਨਾਂ ਨੇ ਕੀਤੀ ਹੈਗੀ ਕੀਤੀ ਹੈਗੀ ਪਰ ਇਹ ਆ ਵੀ ਪਰਸੈਪਸ਼ਨ ਤੇ ਜਿਹੜਾ ਆ ਅਸੀਂ ਮਾਰ ਖਾਦੀ ਹੈ ਮੈਂ ਬਲਵਿੰਦਰ ਕੁਮਾਰ ਜੀ ਤੁਹਾਡੇ ਕੋਲੇ ਵਾਪਸ ਆਉਣਾ ਮੈਂ ਇੱਕ ਵਾਰ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਇਸ ਵੇਲੇ ਸਾਡੀ ਗੱਲਬਾਤ ਹੋ ਰਹੀ ਹੈ ਜਲੰਧਰ ਲੋਕ ਸਭਾ ਹਲਕੇ ਤੋਂ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਜੀ ਦੇ ਨਾਲ ਬਲਵਿੰਦਰ ਕੁਮਾਰ ਜੀ ਨੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਉਹਨਾਂ ਦੇ ਕੋਲ ਦੋ ਮਾਸਟਰ ਡਿਗਰੀਆਂ ਪਿੰਡ ਵਾਲੀ ਪਹਾੜਾ ਚ ਦੋ ਐਮਏ ਕੀਤੀਆਂ 16 ਜਮਾਤਾਂ ਦੋ ਵਾਰੀ ਕੀਤੀਆਂ ਉਹਨਾਂ ਨੇ ਇੱਕ ਪੱਤਰਕਾਰੀ ਦੀ ਐਮਏ ਹੈ ਦੂਸਰੀ ਅੰਗਰੇਜ਼ੀ ਭਾਸ਼ਾ ਦੀ ਐਮਏ ਪੰਜਾਬੀ ਤੁਸੀਂ ਉਹਨਾਂ ਦੀ ਸੁਣ ਲਈ ਬੜੀ ਵਧੀਆ ਫਰਾਟੇਦਾਰ ਜਿਹੜੀ ਹੈ ਧਾਰਾ ਪ੍ਰਵਾਹ ਦੇ ਵਿੱਚ ਬੋਲਦੇ ਆ ਇਹਦੇ ਤੋਂ ਬਿਨਾ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਵਕਾਲਤ ਕੀਤੀ ਹੈ ਵਕੀਲੀ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ ਤਿੰਨ ਚੋਣਾਂ ਹੁਣ ਤੱਕ ਲੜ ਚੁੱਕੇ ਨੇ 2017 ਦੇ ਵਿੱਚ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਬੌਝਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਰੂਪ ਤੇ ਚੋਣ ਲੜੀ ਸੀ 5500 ਵੋਟਾਂ ਲਈਆਂ ਫਿਰ 2019 ਦੇ ਵਿੱਚ ਜਦੋਂ ਪੀਡੀਏ ਬਣਿਆ ਸੀ ਬੌਝਨ ਸਮਾਜ ਪਾਰਟੀ ਉਹਦਾ ਹਿੱਸਾ ਸੀ ਉਦੋਂ ਜਲੰਧਰ ਲੋਕ ਸਭਾ ਹਲਕੇ ਤੋਂ ਉਹ ਸਾਂਝੇ ਉਮੀਦਵਾਰ ਸਨ 2 ਲੱਖ ਤੋਂ ਵੀ ਵੱਧ ਵੋਟਾਂ ਉਹਨਾਂ ਨੇ ਲਈਆਂ ਸੀ ਫਿਰ 2022 ਦੇ ਵਿੱਚ ਜਿਹੜੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਜਦੋਂ ਆਮ ਆਦਮੀ ਪਾਰਟੀ ਜਿੱਤੀ ਹੈ ਉਦੋਂ ਵੀ ਉਹਨਾਂ ਨੇ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਤੇ 34000 ਤੋਂ ਵੀ ਵੱਧ ਵੋਟਾਂ ਉਹਨਾਂ ਨੂੰ ਮਿਲੀਆਂ ਸੀ ਤੇ ਐਤਕੀ ਇੱਕ ਵਾਰ ਫੇਰ ਬੌਝਨ ਸਮਾਜ ਪਾਰਟੀ ਨੇ ਜ ਪਲੰਦਰ ਕੁਮਾਰ ਜੀ ਮੰਨ ਲੈਨੇ ਆ ਕਿ ਤੁਸੀਂ ਸਾਰੇ ਹਰਾਤੇ ਮੰਨ ਲਓ ਮੂਲਤਨ ਸੋ ਠੀਕ ਹੈ ਜੀ ਬੰਦੇ ਸਾਰੇ ਹਰਾਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਪੁੱਜ ਗਏ ਤੁਹਾਡੇ ਕੋਲੇ 5 ਸਾਲ ਹੋਣੇ ਆ ਜਲੰਧਰ ਦੇ ਲਈ ਤੁਹਾਡੇ ਕੋਲੇ ਕੋਈ ਅਜੰਡਾ ਕੀ ਮੈਂ ਇਨਾ ਮੁੱਦਿਆਂ ਤੇ ਆਵਾਜ਼ ਚੁੱਕਣੀ ਹੈ ਤੇ ਨਾਲ ਹੀ ਮੈਂ ਇੱਕ ਸਵਾਲ ਹੋਰ ਵੀ ਕਰਨਾ ਹੈ ਕਿ ਕੀ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਫਸਲਾਂ ਦਾ ਉਹਦੇ ਹੱਕ ਚੋਂ ਜਾਣੇ ਨਹੀਂ ਅਸੀਂ ਹੱਕ ਚ ਹੀ ਆ ਕਿਉਂਕਿ ਮਤਲਬ ਜਿਹੜਾ ਐ ਐਮ ਐਸ ਪੀ ਆ ਜਦੋਂ ਉਹ ਦੋ ਫਸਲਾਂ ਤੇ ਦੇ ਰਹੇ ਜੀ ਉਹਦੇ ਕਰਕੇ ਝੋਨਾ ਲਗਾਉਂਦੇ ਜ਼ਿਆਦਾ ਹੁਣ ਜਦੋਂ ਪਾਣੀ ਦਾ ਕ੍ਰਾਈਸਿਸ ਵੱਧ ਰਿਹਾ ਤੇ ਪਾਣੀ ਦਾ ਕ੍ਰਾਈਸਿਸ ਕੱਲਾ ਕਿਸਾਨਾਂ ਦਾ ਥੋੜੀ ਆ ਮਤਲਬ ਜਿੰਨਾ ਪਾਣੀ ਉਹ ਸ਼ਡਿਊਲ ਕਾਸਟਾਂ ਦੇ ਵੀ ਜ਼ਿਆਦਾ ਆ ਜੀ ਮਨ ਲਓ ਜੇ ਪੰਜਾਬ 'ਚ ਪਾਣੀ ਕ੍ਰਾਈਸਿਸ ਪੈਦਾ ਹੋਊਗਾ ਤੇ ਬੰਦਿਆਂ ਨੇ ਕਿੱਥੇ ਜਾਣਾ ਹੈ ਤੇ ਇਸ ਕਰਕੇ ਜਿਹੜਾ ਐਮਐਸਪੀ ਦਾ ਇਸ਼ੂ ਆ ਉਹ ਕੱਲਾ ਕਿਸਾਨਾਂ ਦਾ ਨਹੀਂ ਹੈਗਾ ਸਾਰਿਆਂ ਦਾ ਪੂਰੇ ਜੇ ਨਹੀਂ ਪੰਜਾਬ 'ਚ ਰਹਿਣਾ ਇਹ ਗੱਲ ਪਹਿਲੀ ਵਾਰੀ ਕਿਸ ਲੀਡਰ ਨੇ ਕੀਤੀ ਆ ਆ ਵੀ ਫਿਰ ਸਟੱਡੀ ਨਹੀਂ ਕਰਦੇ ਆ ਨਾ ਜਦੋਂ ਅਸੀਂ ਤਿੰਨ ਖੇਤੀ ਬਿੱਲਾਂ 'ਚ ਗਏ ਸੀ ਅਸੀਂ ਉਹ ਪਾਰਟਿਸਿਪੇਟ ਕੀਤਾ ਠੀਕ ਹੈ ਜੀ ਉਦੋਂ ਇੱਕ ਨੈਰੇਟਿਵ ਚੱਲਿਆ ਸੀ ਵੀ ਵੀ ਕਿਸਾਨਾਂ ਦਾ ਹੀ ਮਸਲਾ ਹੈ ਜੀ ਅਸੀਂ ਇਹਨੂੰ ਬ੍ਰੇਕ ਕੀਤਾ ਸੀ ਇਹ ਕਿਸਾਨਾਂ ਦਾ ਨਹੀਂ ਹੈਗਾ ਵੀ ਜੇ ਖੇਤੀ ਕਾਨੂੰਨ ਬਣਦੇ ਆ ਤੇ ਜੇ ਮੰਨ ਲਓ ਲੈਂਡ ਜਾਂ ਮਤਲਬ ਫਸਲਾਂ ਸਾਰਾ ਉਹਨਾਂ ਕੋਲ ਆ ਜਾਂਦੀਆਂ ਮਤਲਬ ਸਾਰੀ ਉਹ ਖੇਤੀਬਾੜੀ ਕੰਨ ਲਾਪਾਂਦੇ ਤੇ ਉਹਨਾਂ ਨੇ ਰੇਟ ਇੰਨੇ ਚੱਕ ਦੇਣੇ ਸਭ ਤੋਂ ਜਿਹੜਾ ਲਾਜ਼ ਕਿਨਾਂ ਦਾ ਹੋਣਾ ਜਿਹੜੀਆਂ ਖਾਸ ਕਰ ਸ਼ੈਡਿਊਲ ਕਾਸਟਾਂ ਉਹਨਾਂ ਕੋਲ ਰੋਟੀ ਨਹੀਂ ਲੈ ਆਉਣੀ ਤੇ ਉਦੋਂ ਵੀ ਅਸੀਂ ਇਹ ਨੈਰੇਟਿਵ ਤੋੜਿਆ ਸੀਗਾ ਜੀ ਵੀ ਇਹ ਸਾਰਿਆਂ ਦਾ ਮਸਲਾ ਹੈ ਔਰ ਅਸੀਂ ਰੈਗੂਲਰ ਪਾਰਟਿਸਪੀਟ ਕੀਤਾ ਸੇਮ ਇਦਾਂ ਹੀ ਜਿਹੜਾ ਐਮਐਸਪੀ ਦਾ ਮਸਲਾ ਆ ਉਹ ਜਿਹੜੇ ਪਿੰਡਾਂ ਦੇ ਲੋਕ ਹੈਗੇ ਬਾਕੀ ਜਿਹੜੇ ਖੇਤੀ ਨਾਲ ਨਹੀਂ ਸੰਬੰਧਿਤ ਜੀ ਕਿਸਾਨਾਂ ਦਾ ਇਹ ਮਸਲਾ ਹੈ ਆ ਵੀ ਉਹਨਾਂ ਨੇ ਸਰਵਾਈਵਲ ਕਰਨਾ ਵੀ ਉਹਨਾਂ ਨੂੰ ਹੋਰ ਜਦੋਂ ਲੱਗਦਾ ਨਹੀਂ ਗਰੰਟੀ ਨਹੀਂ ਲੱਗਦੀ ਵੀ ਫਸਲ ਦੇ ਸਾਨੂੰ ਰੇਟ ਮਿਲੇ ਤੇ ਉਹ ਸੋਚਦੇ ਵੀ ਝੋਨੇ ਦਾ ਤਾਂ ਪੱਕਾ ਆ ਨਾ ਜੀ ਮੈਨੂੰ ਇਹ ਵੀ ਲੱਗਦਾ ਵੀ ਪੱਕਾ ਹੀ ਉਹਦਾ ਦਿੱਤਾ ਹੂੰ ਵੀ ਜਿਹੜਾ ਨੁਕਸਾਨ ਜਿਹੜਾ ਤੁਹਾਡਾ ਲਾਸ ਹੁੰਦਾ ਲਾਸ ਬਈ ਬਾਰੀ ਤੌਰ ਤੇ ਫਾਇਦਾ ਦੇ ਦਦਾ ਆ ਜਦੋਂ ਲਾਸ ਹੀ ਕਰਨਾ ਹੁੰਦਾ ਜੀ ਕਿਡਨੀ ਖਰਾਬ ਹੋ ਜਾਂਦੀ ਹੈ ਤੇ ਉਹ ਮਤਲਬ ਤੁਸੀਂ ਪਾਲਿਸੀ ਮੇਕਿੰਗ ਦੇਖ ਲਓ ਵੀ ਕੰਮ ਉਹ ਕਰਾਈ ਜਾਣਾ ਜਿਹਦਾ ਆਪਣਾ ਆਪ ਹੀ ਵੱਢ ਕੇ ਖਾਈ ਜਾਣਾ ਤੇ ਉਦਾਂ ਹੀ ਆ ਤੇ ਉਹਦੇ ਵਿੱਚ ਦੇਖੋ ਇਹ ਅਸੀਂ ਇਸ ਗੱਲ ਲਈ ਬਹੁਤ ਸ਼ੋਅ ਰਹਿਆਂ ਜੀ ਬਈ ਹੁਣ ਜਿੱਦਾਂ ਪਾਣੀ ਜਿੰਨਾ ਥੱਲੇ ਗਿਆ ਤੇ ਜਿਹੜੇ ਪਿੰਡਾਂ ਦੇ ਜਿਹੜੇ ਨਲਕੇ ਆ ਉਹ ਨਹੀਂ ਰਹੇ ਜੀ ਸਾਵੇਂ ਘਰ ਚ ਹੀ ਆਪਾਂ ਪਾਣੀ ਪੀਂਦੇ ਹਾਂ ਐਂ ਗਿੜ ਗਿੜ ਕੇ ਚੁਣੀ ਹੁਣ ਉਹ ਟੈਂਕੀਵਲ ਦੇਖਦੇ ਆ ਫੇਰ ਮਨੋ ਕ੍ਰਾਈਸਿਸ ਕਿੰਨਾ ਆ ਇਹ ਖੇਤੀਬਾੜੀ ਦਾ ਇਕੱਲਾ ਕ੍ਰਾਈਸਿਸ ਨਹੀਂ ਆ ਅਸਲ 'ਚ ਕੋਈ ਗੱਲਾਂ ਨਹੀਂ ਕਰਦਾ ਕਿਉਂਕਿ ਨੇੜਿਓ ਕੋਈ ਇੰਨਾ ਪਿੰਡਾਂ ਦੇ ਲੋਕਾਂ ਦੀ ਹਕੀਕਤ ਨੂੰ ਨਹੀਂ ਦੇਖਦਾ ਠੀਕ ਹੈ ਅਸੀਂ ਤਾਂ 10 ਸਾਲਾਂ ਤੋਂ ਪਿੰਡਾਂ ਵਿੱਚ ਹੀ ਆ ਹੁਣ ਉਹਦਾ ਕ੍ਰਾਈਸਿਸ ਕਿੰਨਾ ਵਧਿਆ ਜੀ ਟੈਂਕੀਆਂ ਆ ਗਈਆਂ ਜੀ ਮਤਲਬ ਇੱਕ ਕ੍ਰਾਈਸਿਸ ਨੂੰ ਬਦਲ ਲਈ ਹੋਰ ਨਵਾਂ ਕ੍ਰਾਈਸਿਸ ਚਾਹੀਦਾ ਦੇ ਸੀ ਜੇ ਪਾਣੀ ਥੱਲੇ ਜਾ ਰਿਹਾ ਉਹਨੂੰ ਰੋਕੋ ਆਪਾਂ ਕਿਸਾਨਾਂ ਨੂੰ ਕਹਿਣ ਦੀ ਲੋੜ ਹੀ ਹੈਨੀ ਜੀ ਜੇ ਅਸੀਂ ਸਰਕਾਰ ਆ ਸਾਨੂੰ ਲੱਗਦਾ ਇੱਕ ਸਟੈਪ ਦੇ ਨਾਲ ਸਾਰੀ ਆਬਾਦੀ ਦਾ ਕ੍ਰਾਈਸਿਸ ਆ ਉਹਨੂੰ ਕਿਉਂ ਉਹਨਾਂ ਨੂੰ ਕਿਉਂ ਐਜੀਟੇਟ ਕਰਨਾ ਪੈ ਰਿਹਾ ਮੈਨੂੰ ਕਾਹਦੇ ਲਈ ਪਾਵਰ ਦਿੱਤੀ ਆ ਮੈਨੂੰ ਹੀ ਪਤਾ ਹੋਣਾ ਚਾਹੀਦਾ ਯਾਰ ਇੰਨਾ ਗਲਤ ਹੋ ਰਿਹਾ ਨੂੰ ਰਿਵਰਸ ਕਰੋ ਜੀ ਪਰ ਉਹਨਾਂ ਨੇ ਪ੍ਰੋਬਲਮ ਵਧਾਉਣੀ ਆ ਤੇ ਪਾਣੀ ਦੀਆਂ ਟੈਂਕੀਆਂ ਲਾਤੀਆਂ ਹੁਣ ਜਦੋਂ ਪਾਣੀ ਦੇ ਟੈਂਕੀ ਲਾਗੇ ਨਵਾਂ ਕ੍ਰਾਈਸਿਸ ਖੜਾ ਹੋ ਗਿਆ ਹੁਣ ਬਿਜਲੀ ਦਾ ਬਿੱਲ ਜ਼ਿਆਦਾ ਆ ਜਾਂਦਾ ਤੇ ਉਹ ਜਦੋਂ ਹੁਣ ਲਾਈਫ ਕੱਟ ਹੋ ਜਾਂਦਾ ਤਿੰਨ ਤਿੰਨ ਚਾਰ ਚਾਰ ਦਾ ਪਿੰਡ ਦੇ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਹਾਂ ਪਾਣੀ ਵਾਲੀ ਟੈਂਕੀ ਦਾ ਕਨੈਕਸ਼ਨ ਕੱਟ ਹੋ ਜਾਂਦਾ ਹਾਂ ਤੇ ਉਹ ਸਾਰੀਆਂ ਜਿਹੜੀਆਂ ਪੰਚਾਇਤਾਂ ਆ ਉਹਨਾਂ ਡਿਫਾਲਟਰ ਹੋ ਗਈਆਂ ਤਿੰਨ ਤਿੰਨ ਚਾਰ ਚਾਰ ਲੱਖ ਦਾ ਫਿਰ ਇਹ ਆ ਵੀ ਜਿਹੜੇ ਜਿਹੜੇ ਪੰਚਾਇਤ ਆ ਹੁਣ ਇਹ ਨਹੀਂ ਕੋਈ ਉਹਨਾਂ ਨੂੰ ਅਮਲਾ ਕੋਈ ਨਹੀਂ ਦਿੰਦਾ ਜੀ ਤੇ ਉਹਨਾਂ ਦੀ ਡਿਊਟੀ ਲੱਗੀ ਆ ਵੀ ਘਰ ਘਰ ਤੁਸੀਂ 50 ਰੁਪਏ ਇਕੱਠੇ ਕਰੋ ਉਹ ਉਹਦੇ ਵਿੱਚ ਉਲਝੇ ਰਹਿੰਦੇ ਆ ਤੇ ਮੰਨ ਲਓ ਮ ਉਹ ਇੱਕ ਐਮਐਸਪੀ ਕਰਕੇ ਮਤਲਬ ਪਾਣੀ ਦੇ ਕਿੰਨਾ ਪੂਰੀ ਥੱਲੇ ਤੱਕ ਜਿਹੜਾ ਪਰੇਸ਼ਾਨ ਹੈ ਤੇ ਇਸ ਕਰਕੇ ਅਸੀਂ ਸਾਡੀ ਇਹ ਆ ਵੀ ਜਿਹੜਾ ਐਮਐਸਪੀ ਆ ਔਰ ਸਾਰੇ ਸੈਕਸ਼ਨ ਕਰਦੇ ਆ ਜੀ ਕੋਈ ਇਦਾਂ ਕੋਈ ਕਾਸ ਗਰੁੱਪ ਦਾ ਮਸਲਾ ਸਾਰੇ ਬੰਦੇ ਕਰਦੇ ਆ ਇਵਨ ਯੂਪੀ ਵਿੱਚ ਵੀ ਜਿੱਥੇ ਵੀ ਸਾਡਾ ਬੇਸ ਹੈਗਾ ਜੀ ਜ਼ਿਆਦਾਤਰ ਵੋਟਰ ਆ ਹਮ ਹਮ ਸਾਰੇ ਹੀ ਖੇਤੀਬਾੜੀਆਂ ਸੰਬੰਧਿਤ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਐਮਐਸਪੀ ਉਹ ਜਿਸ ਤਰ੍ਹਾਂ ਅਲਟਰਨੇਟਿਵ ਕ੍ਰੋਪਸ ਆ ਜਿਦਾਂ ਆਪਾਂ ਡਿਮਾਂਡ ਕਰ ਰਹੇ ਵੀ ਘੱਟ ਪਾਣੀ ਵਾਲੀਆਂ ਜਿਹੜੀਆਂ ਹੈਗੀਆਂ ਆ ਤੇ ਉਹਨਾਂ ਤੇ ਐਮਐਸਪੀ ਦੇਣਾ ਚਾਹੀਦਾ ਤਾਂ ਕਿ ਉਹਨਾਂ ਕੋਲ ਜ਼ਿਆਦਾ ਆਪਸ਼ਨਸ ਹੋਣ ਜਿਹੜੀਆਂ ਫਸਲਾਂ ਦੀ ਅਸੀਂ ਉਹਦੇ ਸਮਰਥਨ 'ਚ ਆਂ ਜੇ ਤੁਸੀਂ ਐਮਪੀ ਬਣ ਗਿਆ ਫਿਰ ਤੁਹਾਡਾ ਟੀਚਾ ਪੂਰਾ ਹੋ ਜਾਣਾ ਤੁਹਾਨੂੰ ਦਿੱਲੀ ਘਰ ਮਿਲ ਜਾਣਾ ਤੁਹਾਨੂੰ ਕਾਰ ਮਿਲ ਜਾਣੀ ਆ ਤੁਹਾਨੂੰ ਡਰਾਈਵਰ ਮਿਲ ਜਾਣਾ ਤੁਹਾਨੂੰ ਤਨਖਾਹ ਮਿਲਣ ਲੱਗ ਜਣੀ ਆ ਫਿਰ ਮੁੜ ਕੇ ਤੁਹਾਨੂੰ ਪੈਨਸ਼ਨ ਲੱਗ ਜਣੀ ਆ ਜਣੀ ਐਮਪੀ ਬਣ ਕੇ ਇਹੀ ਕਰਨਾ ਕਿ ਕੁਸ਼ੂਰ ਕਰਨਾ ਨਹੀਂ ਇਹ ਇਹਨੂੰ ਆਪਾਂ ਪੋਜ਼ੀਟਿਵਲੀ ਦੇਖੀਏ ਹਾਂਜੀ ਵੀ ਜਿਹੜਾ ਸੁਸਾਇਟੀ ਦਾ ਐਸੈਟ ਆ ਜਿਹੜੇ ਲੋਕ ਅਸਲ ਮਤਲਬ ਤੇ ਇਹ ਆ ਵੀ ਜਿੱਦਾਂ ਪ੍ਰੋਫੈਸਰ ਲੱਗਦਾ ਉਹਦੀ ਤਨਖਾਹ ਜ਼ਿਆਦਾ ਦਿੱਤੀ ਜਾਂਦੀ ਵੀ ਇਹਨਾਂ ਨੇ ਰਿਸਰਚ ਕਰਨੀ ਤੇ ਸੁਸਾਇਟੀ ਨੂੰ ਲਾਈਟਨ ਕਰਨਾ ਇਸ ਤਰ੍ਹਾਂ ਹੀ ਐਮਪੀ ਦਾ ਆ ਵੀ ਜਦੋਂ ਲਾਈਫ ਸਿਕਿਉਰ ਹੋ ਜੂਗੀ ਤਾਂ ਫਿਰ ਉਹ ਹੋਰ ਵੱਧ ਕੰਟਰੀਬਿਊਟ ਕਰ ਸਕਣਗੇ ਜਿੰਨੀ ਕੁ ਉਹਨਾਂ ਦੀ ਸਮਝ ਹੈਗੀ ਤੇ ਇਹ ਨੂੰ ਪੋਜੀਟਿਵਲੀ ਇਹ ਸਟੈਪ ਆ ਨਹੀਂ ਪ੍ਰਾਇੋਰਟੀ ਤੁਹਾਡੀ ਉਸ ਕਾਰ ਦੇ ਵਿੱਚ ਲੋਕਾਂ ਦੇ ਵਿਆਹ ਭੋਗਤੇ ਜਾਣਾ ਹੋਗਾ ਜਾਂ ਪਾਰਲੀਮੈਂਟ ਜਾਣਾ ਅਸਲ ਚ ਇਹ ਦੇ ਵਿੱਚ ਨਾ ਜਿਹੜੀ ਅਸਲ ਚ ਪਤਾ ਲੋਕਾਂ ਦੀ ਕੰਪਲਸ਼ਨ ਹੁੰਦੀ ਠੀਕ ਹੈ ਜੀ ਮਤਲਬ ਇਹ ਟ੍ਰੈਂਡ ਆ ਜਾਂ ਪੰਜਾਬ ਵਿੱਚ ਬਈ ਪ੍ਰੋਗਰਾਮ ਚ ਆਉਣਾ ਆ ਆਉਣਾ ਜ਼ਰੂਰ ਆ ਹਾਂ ਹਾਲਾਂਕਿ ਕਈ ਵਾਰ ਅਸੀਂ ਮਹਿਸੂਸ ਕਰਦੇ ਆਂ ਬਈ ਉਹੀ ਟਾਈਮ ਅਸੀਂ ਕੋਈ ਕੁਆਲਿਟੇਟਿਵ ਵਰਕ ਤੇ ਲਾਈਏ ਪਰ ਉਹ ਵੀ ਇੱਕ ਤਰ੍ਹਾਂ ਹੁੰਦਾ ਵੀ ਚਲੋ ਬੰਦੇ ਦੀ ਮੰਦੀ ਖੁਸ਼ੀ ਹੋ ਜਾਂਦੀ ਬੰਦਾ ਆਉਂਦਾ ਫਿਰ ਲੋਕਾਂ ਨੂੰ ਜਾ ਕੇ ਪਤਾ ਹੀ ਲੱਗਦਾ ਕੁਝ ਹਾਂ ਜੀ ਹਾਂ ਜੀ ਪਰ ਸਾਡਾ ਜਾਦਾ ਫਿਰ ਵੀ ਇਹ ਫੋਕਸ ਇਹ ਰਹੂਗਾ ਵੀ ਮੰਨ ਲਓ ਅਸੀਂ ਲੋਕੀ ਸਾਨੂੰ ਸਮਰਥਨ ਦਿੰਦੇ ਅਸੀਂ ਜਿੱਤਦੇ ਜੀ ਤੇ ਜਿਹੜੇ ਮੁੱਦੇ ਦਾ ਸੈਂਟਰ ਸੈਂਟਰ ਸਟੇਜ ਤੇ ਨਹੀਂ ਆ ਰਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਹੀ ਪਾਣੀ ਲਈ ਦੱਸਿਆ ਜਾਂ ਆਪਣੇ ਹੁਣ ਤੁਸੀਂ ਜਲੰਧਰ ਦੇ ਪਿੰਡਾਂ 'ਚ ਕੈਂਸਰ ਫੈਰ ਰਿਹਾ ਸੈਂਟਰ ਸਟੇਜ ਤੇ ਹੈਗਾ ਨਹੀਂ ਹੈਗਾ ਹੈਲਥ ਦਾ ਬਹੁਤ ਵੱਡਾ ਕ੍ਰਾਈਸਿਸ ਆ ਸਰਕਾਰੀ ਤੌਰ ਤੇ ਇਲਾਜ ਹੀ ਨਹੀਂ ਹੋ ਰਿਹਾ ਮੰਨ ਲਓ ਇੱਕ ਪਾਸੇ ਬੰਦੇ ਨੂੰ ਕੈਂਸਰ ਹੋ ਗਈ ਸਰਕਾਰੀ ਤੌਰ ਤੇ ਕੋਈ ਇਲਾਜ ਨਹੀਂ ਕਿਡਨੀ ਦੀ ਪ੍ਰੋਬਲਮ ਆ ਗਈ ਕੋਈ ਇਲਾਜ ਨਹੀਂ ਕੋਈ ਹਾਰਡ ਦਾ ਕੋਈ ਟੈਸਟ ਵੀ ਨਹੀਂ ਹੁੰਦਾ ਜੀ ਤੇ ਇਹ ਜਿਹੜੇ ਮੁੱਦੇ ਆ ਚਾਹੇ ਸ਼ਹਿਰੀ ਲੋਕਾਂ ਦੇ ਜਿੱਦਾਂ ਲਾ ਐਂਡ ਆਰਡਰ ਦੀ ਪ੍ਰੋਬਲਮ ਆ ਜੀ ਪਹਿਲਾਂ ਤਾਂ ਸਾਡੀ ਇਹ ਕੋਸ਼ਿਸ਼ ਆ ਵੀ ਇਹਨਾਂ ਨੂੰ ਅਸੀਂ ਸੈਂਟਰ 스테ਜ ਤੇ ਲਈ ਆਪੀ ਚਰਚਾ ਜਤਾਉਣ ਕਰ ਚਰ ਹਾਂ ਸੈਂਟਰ 스테ਜ ਤੇ ਲਈਏ ਤੇ ਜਿਹੜੀ ਵੀ ਆਈਦਰ ਦਾ ਜਾਂ ਤਾਂ ਅਸੀਂ ਸਟੇਟ ਹੋ ਜਾਦਾ ਅਸੀਂ ਭਾਂਗ ਅਸੈਂਬਲੀ ਭਾਂਗ ਗਵਰਨਮੈਂਟ ਬਣਦੀ ਤਾਂ ਅਸੀਂ ਹਿੱਸੇਦਾਰ ਹੋ ਜਾਈਏ ਜੇ ਨਹੀਂ ਆ ਤੇ ਸਟੇਟ ਨੂੰ ਫੋਰਸ ਤਾਂ ਕਰੀਏ ਵੀ ਇੱਧਰ ਇਹਨਾਂ ਨੂੰ ਸਪੇਸ ਦੋ ਤੇ ਇਹਤੇ ਪਾਲਿਸੀ ਮੇਕਿੰਗ ਸਹੀ ਕਰੋ ਠੀਕ ਹੈ ਕਰਾਂਗੇ ਅਸੀਂ ਬਿਲਕੁਲ ਠੀਕ ਹੈ ਜੀ ਮੈਂ ਆਖਰੀ ਦੋਸਤ ਵਾਲੇ ਛੋਟੇ ਛੋਟੇ ਪੁੱਛਣੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਵਾਕ ਦੋ ਸਾਲ ਅਲਾਈਅੰਸ ਰਿਹਾ ਵੀ ਪਾਰਟੀ ਦਾ ਫੈਸਲਾ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਨੁਕਸਾਨ ਰਿਹਾ ਫਾਇਦਾ ਰਿਹਾ ਕਿ ਭਾਈ ਕੱਲੇ ਚੱਲਣ ਦੇ ਵਿੱਚ ਹੀ ਸੀ ਕਿਉਂਕਿ ਇੱਕਦਮ ਤੜਕ ਕਰਕੇ ਟੁੱਟੀ ਜਾਂਦੀ ਦੇਖੋ ਇੱਕ ਤਾਂ ਪ੍ਰਿੰਸੀਪਲ ਹੀ ਅਸੀਂ ਇਸ ਗੱਲ ਤੇ ਸਹਿਮਤ ਆਂ ਵੀ ਜਿਹੜੀ ਵੀ ਆਲਟਰਨੇਟਿਵ ਪੋਲਿਟਿਕਸ ਕਰਦੇ ਆ ਜੀ ਵੀ ਇਹਨਾਂ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਠੀਕ ਔਰ ਇਹਨਾਂ ਨੂੰ ਜੇ ਮੰਨ ਲਓ ਇਕੱਲੇ-ਇਕੱਲੇ ਅਸੀਂ ਨਹੀਂ ਜਿੱਤਦੇ ਤੇ ਸਾਂਝੇ ਰੂਪ ਦੇ ਵਿੱਚ ਕੋਈ ਨਾ ਕੋਈ ਪੋਲਿਟਿਕਸ ਜਿਹੜੀ ਸਤਾਪਤੀ ਆ ਜਿਸ ਚੋਂ ਪੰਜਾਬ ਦਾ ਦੇਖੋ ਕਰਜ਼ਾ ਕਿੰਨਾ ਹੋ ਗਿਆ ਪੰਜਾਬ ਦੇ ਦੇਸ਼ ਦੇ ਸਭ ਤੋਂ ਵੱਧ ਜਿਹੜੇ ਕਰਜ਼ਾਈ ਸੂਬੇ ਉਹਨਾਂ ਚੋਂ ਪੰਜਾਬ ਇੱਕ ਹੈ ਪੰਜਾਬ ਦਾ ਪਾਣੀ ਦਾ ਕਰਾਈਸਿਸ ਆ ਪੰਜਾਬ ਦੀ ਆਰਥਿਕਤਾ ਆ ਪੰਜਾਬ ਦੇ ਲੋਕ ਬਹੁਤ ਵੱਡੇ ਪੱਧਰ ਤੇ ਪਲਾਨ ਕਰ ਰਹੇ ਆ ਫਿਰ ਨਸ਼ੇ ਦਾ ਮਸਲਾ ਹੈਗਾ ਮਤਲਬ ਸਾਰਾ ਲਾਈਫ ਹੀ ਜਿਹੜੀ ਫਿਰ ਡਿਵੈਲਪਮੈਂਟ ਕੋਈ ਨਹੀਂ ਐਗਰੀਕਲਚਰ ਤੋਂ ਇਲਾਵਾ ਕੁਝ ਨਹੀਂ ਹੈਗਾ ਤੇ ਮਨ ਲਓ ਉਹਦੇ ਵਿੱਚ ਤਾਂ ਇਸ ਗੱਲ ਹੀ ਤਾਂ ਅਸੀਂ ਐਗਰੀਆ ਇਹ ਜਿਹੜਾ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਆ ਇਹ ਗਲਤ ਪਾਲਿਸੀ ਮੇਕਿੰਗ ਚੋਂ ਨਿਕਲੀਆਂ ਜਿੱਦਾਂ ਬੰਦੇ ਨੂੰ ਫੋਰਸ ਕਰ ਦਿੱਤਾ ਵੀ ਝੋਨਾ ਹੀ ਬੀਜਣਾ ਜੀ ਉਹ ਗਲਤ ਪਾਲਿਸੀ ਮੇਕਿੰਗ ਹੈ ਨਾ ਵੀ ਸਰਵਾਈਵਲ ਹੀ ਉਹਨਾਂ ਜੁੜਿਆ ਹੋਵੇ ਪਾਣੀ ਬਰਬਾਦ ਕਰੋਗੇ ਜੀ ਪਾਣੀ ਵੱਧ ਕੱਢੋਗੇ ਤਾਂ ਤੁਹਾਡਾ ਸਰਵਾਈਵਲ ਹੋਣਾ ਹੈ ਸਰਵਾਈਵਲ ਹੋਣਾ ਤੇ ਮੰਨ ਲਓ ਸਾਨੂੰ ਇਹ ਆ ਵੀ ਜੇ ਅਸੀਂ ਉਹਦੇ ਵਿਰੋਧ ਦੇ ਵਿੱਚ ਸਥਾਪੀ ਦੇ ਤੇ ਜਿਹੜੀਆਂ ਵੀ ਬਰੋਚ ਤੇ ਰਾਆਂ ਜਿਹੜੀਆਂ ਜਦੋਂ ਲੈਫਟ ਵੀ ਹੈਗੇ ਸੈਕਸ਼ਨਸ ਵੇ ਸਾਨੂੰ ਜੇ ਅਸੀਂ ਇਕੱਲੇ ਇਕੱਲੇ ਨਹੀਂ ਚੱਲੇ ਜਦੇ ਰੇ ਤਾਂ ਸਾਨੂੰ ਸਾਂਝੇ ਰੂਪ ਵਿੱਚ ਵੀ ਆਪਣੀ ਜਿਹੜੀ ਪੋਲਿਟਿਕਸ ਆ ਉਹਨੂੰ ਉਦਾਂ ਸਟਰਕਚਰ ਕਰਨਾ ਚਾਹੀਦਾ ਇਹ ਪ੍ਰਿੰਸੀਪਲ ਹੀ ਇਸ ਤੇ ਸਹਿਮਤ ਹੈਗੇ ਆ ਅਸੀਂ ਠੀਕ ਹੈ ਜੀ ਪਰ ਉਹ ਜਿਹੜਾ ਸਾਡਾ ਅਲਾਈਅੰਸ ਸਹੀ ਸੀਗਾ ਪਰ ਕਈ ਵਾਰ ਇਦਾਂ ਹੁੰਦਾ ਵੀ ਜਦੋਂ ਕਈ ਵਾਰ ਤੁਸੀਂ ਲੰਬੇ ਸਮੇਂ ਤੇ ਤੁਹਾਡੇ ਜਿਹੜਾ ਕੀੜ ਰਹੇ ਇੱਕ ਦੂਜੇ ਦੇ ਵਿਰੋਧ ਚ ਰਿਹਾ ਹੁੰਦਾ ਤੇ ਜਦੋਂ ਇੱਕਦਮ ਤੁਸੀਂ ਅਲਾਈਅੰਸ ਕਰਦੇ ਆ ਤਾਂ ਟਰਸਟ ਨਹੀਂ ਬਿਲਡ ਹੁੰਦਾ ਟਰਸਟ ਨਹੀਂ ਬਿਲਡ ਹੁੰਦਾ ਤਾਂ ਜਿੰਨਾ ਟਰਸਟ ਬਿਲਡ ਹੋਇਆ ਉੰਨੇ ਕ ਬੋਟ ਟ੍ਰਾਂਸਫਰ ਹੋਗੇ ਹੋ ਗਈ ਸੀ ਤੇ ਜਿੰਨਾ ਕ ਘਾਟ ਰਹੀ ਤਾਂ ਉੰਨੇ ਕ ਨਹੀਂ ਹੋਈ ਜਲ ਬਲਵਿੰਦਰ ਕੁਮਾਰ ਦਾ ਮੁਕਾਬਲਾ ਕਿਹਦੇ ਨਾਲ ਹੈ ਟੀਨੂ ਸਾਹਿਬ ਨਾਲ ਚੰਨੀ ਸਾਹਿਬ ਨਾਲ ਰਿੰਕੂ ਸਾਹਿਬ ਨਾਲ ਕਿ ਕੇਪੀ ਸਾਹਿਬ ਕਿੰਨੇ ਸਾਹਿਬ ਨੇ ਤੁਹਾਡੇ ਮੁਕਾਬਲੇ ਦੇਖੋ ਇਹ ਅਸੀਂ ਇਹਨੂੰ ਵਿਅਕਤੀਆਂ ਦਾ ਮੈਂ ਮਸਲਾ ਨਹੀਂ ਬਣਾਉਂਦਾ ਠੀਕ ਹੈ ਮੈਂ ਇਹ ਪੋਲਿਸੀ ਮੇਕਿੰਗ ਦਾ ਹੈ ਅਸਲ 'ਚ ਇਹਨਾਂ ਦਾ ਇੰਟਰਸਟ ਹੁੰਦਾ ਵਿਅਕਤੀਆਂ ਦੇ ਮਸਲੇ ਬਾਹਰ ਦੋ ਬੰਦੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਪਣ ਤੇ ਉਹ ਮੇਨ ਮੁੱਦਾ ਬਣ ਗਿਆ ਕਿਉਂਕਿ ਇਹਨਾਂ ਪਾਰਟੀਆਂ ਦੀ ਇੱਕ ਕੋਸ਼ਿਸ਼ ਆ ਵੀ ਲੋਕ ਸਾਡੀ ਪਾਲਿਸਿਸ ਦੇਣਾ ਹੁਣ ਜਦੋਂ ਕਾਂਗਰਸ ਦਾ ਤੁਸੀਂ ਮੈਨੀਫੈਸਟੋ ਹਰ ਸਾਲ ਜਾਰੀ ਕਰ ਦਿੰਦੇ ਵੀ ਅਸੀਂ ਆ ਕਰਾਂਗੇ ਪਿਛਲੇ ਜਿੰਨੇ ਮੈਨੀਫੈਸਟੋ ਆ ਕੋਈ ਪੂਰਾ ਨਹੀਂ ਕੀਤਾ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਜਿੰਨੇ ਆਪ ਨੇ ਕੀਤੇ ਕੋਈ ਪੂਰਾ ਨਹੀਂ ਜਿੰਨੇ ਭਾਜਪਾ ਨੇ ਕੀਤੇ ਕੋਈ ਪੂਰਾ ਨਹੀਂ ਤੇ ਸਾਡਾ ਇਹ ਆ ਵੀ ਜਿਹੜੀਆਂ ਕਾਂਗਰਸ ਭਾਜਪਾ ਆ ਪਿਆ ਇਕ ਕੋਈ ਤਰ੍ਹਾਂ ਦੀਆਂ ਪਾਲਿਸੀ ਮੇਕਿੰਗ ਕਰਦੀਆਂ ਔਰ ਜ਼ਿਆਦਾਤਰ ਪੰਜਾਬ ਦੇ ਖਿਲਾਫ ਤੇ ਜਿਹੜੇ ਅਸੀਂ ਆ ਅਸੀਂ ਚਾਹੇ ਨੈਸ਼ਨਲ ਲੈਵਲ ਤੇ ਆ ਜਾਂ ਅਸੀਂ ਪੰਜਾਬ ਪੱਧਰ ਤੇ ਅਸੀਂ ਲੋਕਪੱਖੀ ਜਿਹੜੀਆਂ ਪਾਲਿਸਿਜ਼ ਬਣਾਉਣ ਵਾਲੇ ਆ ਔਰ ਅਸੀਂ ਜਦੋਂ ਸਰਕਾਰ ਸਾਡੀ ਯੂਪੀਆਈ ਪੰਜਾਬ ਚ ਤਾ ਨਹੀਂ ਮੌਕਾ ਮਿਲਿਆ ਪਰ ਅਸੀਂ ਪ੍ਰੂਫ ਵੀ ਕੀਤਾ ਹੈ ਵੀ ਲੋਕਾਂ ਨੂੰ ਸੇਵ ਚਾਹੀਦੀ ਅਸੀਂ ਸੇਵ ਦਿੱਤੀ ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਉਹ ਜਾਂ ਲੋਕਾਂ ਨੂੰ ਸਿਕਿਉਰਿਟੀ ਚਾਹੀਦੀ ਅਸੀਂ ਲਾ ਐਂਡ ਆਰਡਰ ਸਹੀ ਕੀਤਾ ਲੋਕਾਂ ਨੂੰ ਫਸਲਾਂ ਦੇ ਮੁੱਲ ਸਹੀ ਚਾਹੀਦੇ ਅਸੀਂ ਉਹ ਕੀਤਾ ਜਿਹੜਾ ਮਾੜੇ ਆਨਸਰ ਸੀ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਔਰਤਾਂ ਦਾ ਜੇ ਕਿਤੇ ਐਟਰੋਸਿਟੀ ਹੋ ਰਹੀ ਹੈ ਡੀਜੀਪੀ ਆ ਰਹੇ ਹਨ ਮੇ ਪ੍ਰਾਈਮਰੀ ਪ੍ਰਾਈਮ ਕੰਸਰਨ ਸਿਕਾ ਤੇ ਜਦੋਂ ਇੱਥੇ ਅਸੀਂ ਚਾਹੇ ਨਹੀਂ ਜਿੱਤੇ ਇੱਥੇ ਵੀ ਅਸੀਂ ਲਗਾਤਾਰ ਵਰਕ ਕੀਤਾ ਤੇ ਇਸ ਕਰਕੇ ਅਸੀਂ ਕਹਿੰਦੇ ਪਾਲਿਸੀ ਬਨਾਮ ਪਾਲਿਸੀ ਇੱਕ ਲੋਕਾਂ ਦੇ ਇੱਕ ਇਹ ਨਾ ਪਾਰਟੀਆਂ ਦੀ ਪਾਲਿਸੀ ਮੇਕਿੰਗ ਆ ਜਿਹਦੇ ਚ ਬਹੁਤ ਜਿਹੜੇ ਸੱਤਾ ਦੇ ਨੇੜੇ ਜਿਹੜੇ ਰਹਿੰਦੇ ਬੰਦੇ ਉਹਨਾਂ ਦੇ ਹੀ ਫਾਇਦੇ ਚ 100% ਸੱਤਾ ਦਾ ਫਾਇਦਾ ਉਹਨਾਂ ਨੂੰ ਹੁੰਦਾ ਤੇ ਬਹੁਗਿਣਤੀ ਲੋਕ ਬਾਹਰ ਜਾਂਦੇ ਉਹਨਾਂ ਸਟਰਗਲ ਹੀ ਕਰਨਾ ਪੈਂਦਾ ਤੇ ਸਾਡਾ ਇਹ ਆ ਵੀ ਮੈਂ ਚਲੋ ਅਸੀਂ ਜਿਹੜੇ ਨੇੜੇ ਤੇੜੇ ਆ ਫਾਇਦਾ ਸੀ ਉਹਨਾਂ ਦੇ ਵੀ ਖਿਲਾਫ ਨਹੀਂ ਪਰ ਅਸੀਂ ਕਹਿੰਦੇ ਵੀ ਓਵਰ ਆਲ ਸੁਸਾਇਟੀ ਦੇ ਮੱਦੇ ਨਜ਼ਰ ਅਸੀਂ ਪੋਲਿਸੀ ਮੇਕਿੰਗ ਲੈ ਕੇ ਆਈਏ ਤੇ ਪੋਲਿਸੀ ਬਨਾਮ ਪੋਲਿਸੀ ਆ ਤੇ ਤਿੰਨੇ ਪਾਰਟੀਆਂ ਇੱਕ ਲਾਈਨ ਤੇ ਖੜੀਆਂ ਤੇ ਅਸੀਂ ਉਹਦੇ ਵਿਰੋਧ ਚ ਆਏ ਬਲਵਿੰਦਰ ਕੁਮਾਰ ਜੀ ਤੁਸੀਂ ਜੁੜੇ ਆਏ ਤੁਹਾਡਾ ਬਹੁਤ ਧੰਨਵਾਦ ਤੁਸੀਂ ਚਾਰ ਵਾਰੀ ਜ਼ਿਕਰ ਕੀਤਾ ਸੀ ਗਾਹੇ ਬਗਾਹੇ ਚੱਲਦੇ ਪ੍ਰੋਗਰਾਮ ਚ ਮੈਨੂੰ ਸੀ ਪੀ ਅੰਤ ਦੇ ਵਿੱਚ ਆ ਕੇ ਉਹ ਚੀਜ਼ ਕਲੀਅਰ ਕਰਦੇ ਕਿ ਵੱਡੀਆਂ ਧਿਰਾਂ ਦੇ ਕੋਲੇ ਮੀਡੀਆ ਮੈਂ ਤੁਹਾਨੂੰ ਆਪ ਟੈਲੀਫੋਨ ਕਰਕੇ ਸਦਿਆ ਤੁਸੀਂ ਮੰਨ ਜੋ ਅੱਜ ਹਾਂਜੀ ਹਾਂਜੀ ਨਹੀਂ ਨਹੀਂ ਧੰਨਵਾਦ ਦੇਖੋ ਔਰ ਮੈਂ ਇੱਕ ਦਿਨ ਗਿਆ ਤੇ ਕਿਸੇ ਚੈਨਲ 'ਚ ਜੀ ਉਹ ਕਹਿੰਦੇ ਵੀ ਤੁਸੀਂ ਅ ਇੰਡੀਆ ਗਾਡਜੋਰ ਚ ਕਿਉਂ ਨਹੀਂ ਗਏ ਅੱਛਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਵੀ ਇਹ ਥੋੜੀ ਹੈ ਕਿ ਬੀਜੇਪੀ ਦੇ ਮੁਕਾਬਲੇ ਉਹੀ ਆਵਾਜ਼ ਹੈਗੀ ਠੀਕ ਹੈ ਜੀ ਬਈ ਅਲਟਰਨੇਟਿਵ ਹੋਰ ਆਵਾਜ਼ਾਂ ਵੀ ਹੈ ਔਰ ਉਹ ਹੋਰ ਵੱਧ ਜੈਨੂਇਨ ਹੋ ਸਕਦੀਆਂ ਵੀ ਮੀਡੀਆ ਦਾ ਕੰਮ ਹੈਗਾ ਵੀ ਜਿੰਨੀਆਂ ਵੀ ਆਵਾਜ਼ਾਂ ਹੈਗੀਆਂ ਤੁਸੀਂ ਸਾਰਿਆਂ ਨੂੰ ਸਪੇਸ ਦਿਓ ਇਹ ਅਸੀਂ ਇਹਦੇ ਲਈ ਧੰਨਵਾਦ ਕਰਦੇ ਆ ਵੀ ਤੁਸੀਂ ਸਪੇਸ ਦਿੱਤਾ ਹੈਗਾ ਨਹੀਂ ਅਸੀਂ ਤਾਂ ਅੱਜ ਚਲੋ ਬਹੁਤ ਜਨ ਸਮਾਜ ਪਾਰਟੀ ਦੇ ਤੁਸੀਂ ਕੈਂਡੀਡੇਟ ਹੋ ਪਹਿਲੇ ਉਮੀਦਵਾਰੋਂ ਜਿਨ੍ਹਾਂ ਨਾਲ ਅੱਜ ਅਸੀਂ ਇੰਟਰਵਿਊ ਕੀਤਾ ਤੇ ਮੈਂ ਆਪ ਤੁਹਾਨੂੰ ਡੋਰ ਨਾਕ ਕੀਤਾ ਕਿ ਆਓ ਗੱਲ ਕਰਦੇ ਹਾਂ ਤੇ ਜਲੰਧਰ ਦੇ ਜਿੰਨੇ ਵੀ ਵੱਡੇ ਕੈਂਡੀਡੇਟ ਨੇ ਅਸੀਂ ਅਜੇ ਉਹਨਾਂ ਤੱਕ ਬਾਅਦ ਚ ਪਹੁੰਚੇ ਉਹ ਵੱਡੇ ਪਰਸੈਪਸ਼ਨ ਤੇ ਤੁਸੀਂ ਐਕਚੁਅਲ ਵਰਕ ਦੇਖੋ ਉਮਰ ਚ ਵੱਡੇ ਐਕਚੁਅਲ ਮਾਰਕੀਟ ਚ ਤੁਹਾਨੂੰ ਅਸੀਂ ਵੱਡੇ ਲੱਗਣਾ ਨਹੀਂ ਇਹ ਇਸੇ ਕਰਕੇ ਤੁਹਾਨੂੰ ਸੱਦਿਆ ਠੀਕ ਹੈ ਜੀ ਤੇ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਸਾਰੇ ਦੇਖੋ ਇੱਕ ਬੰਦਾ ਏ ਸਿਰਫ ਐਮਪੀ ਬਣਨ ਦੇ ਇੰਟਰਸਟ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਆ ਜੀ ਮਤਲਬ ਦੂਸਰੇ ਤਾਂ ਪਾਰਟੀਆਂ ਛੱਡ ਕੇ ਚੱਲ ਗਏ ਜੀ ਮੈਂ ਕਹਿੰਦਾ ਵੀ ਜਿਹੜੇ ਬਾਹਰੋਂ ਆਉਣਾ ਉਹ ਉਸ ਤੋਂ ਵੀ ਮਾੜਾ ਵੀ ਉਹ ਜਿੱਦਾਂ ਦੇ ਵੀ ਹੈਗੇ ਅਵੇਲੇਬਲ ਰਹਿਣਗੇ ਇੱਕ ਬੰਦੇ 150 ਕਿਲੋਮੀਟਰ ਤੋਂ ਆ ਰਹੇ ਸਿਰਫ ਇਸ ਕਰਕੇ ਵੀ ਪਹਿਲਾਂ ਹੀ ਅਸੀਂ ਪੋਲੀਟੀਕਲੀ ਇਰੈਲੇਵੈਂਟ ਹੋ ਗਏ ਵੀ ਦੋਨੇ ਇਲੈਕਸ਼ਨ ਹਾਰ ਗਏ ਬਈ ਹੋਰ ਹੁਣ ਕੋਈ ਕੰਮ ਨਹੀਂ ਬਚਿਆ ਵੀ ਐਮਪੀ ਬਣ ਕੇ ਤੇ ਸਾਡੀ ਕੁਝ ਰੈਲੇਵੈਂਸ ਰਹੀ ਪਰ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ 1 ਜੂਨ ਤੋਂ ਬਾਅਦ ਤੁਸੀਂ ਮਿਲਣਾ ਨਹੀਂ ਤੇ ਲੋਕ ਕਿੱਥੇ 250 ਕਿਲੋਮੀਟਰ ਆ ਬਣਾ ਨਹੀਂ ਚੰਨੀ ਸਾਹਿਬ ਕਹਿੰਦੇ ਸਾਡੇ ਬਜ਼ੁਰਗ ਜਲੰਧਰ ਦੇ ਸੀ ਮੈਂ ਕਹਿੰਦਾ ਤੁਸੀਂ ਰਹਿੰਦੇ ਥੋੜੀ ਹੈਗੇ ਇੱਥੇ ਤੁਸੀਂ ਸੈਟਲ ਥੋੜੀ ਹੋਣਾ ਇਸ ਸਟੇਜ ਤੇ ਆ ਕੇ ਥੋੜੀ ਸੈਟਲ ਹੋਣਾ ਤੇ ਲੋਕਾਂ ਤੋਂ ਨਾਲ ਲੀਡਰ ਉਹਨਾਂ ਦੇ ਵਿੱਚ ਚਾਹੀਦਾ ਜਿਹੜਾ 24 ਦੇਖੋ ਇਹ ਕੋਈ ਮੰਨ ਲਓ ਛੋਟਾ ਮਸਲਾ ਨਹੀਂ ਆ ਲਗਾਤਾਰ ਇੱਕ ਰਿਸਰਚ ਵਰਕ ਆ ਲਗਾਤਾਰ ਤੁਸੀਂ ਲੋਕਾਂ ਵਿੱਚ ਰਹਿਣਾ ਲਗਾਤਾਰ ਨਈ ਪ੍ਰੋਬਲਮ ਦੇਖਣਾ ਨੇੜਿਓਂ ਫਿਰ ਉਹਦੇ ਸੋਲੂਸ਼ਨ ਕੱਢ ਕੇ ਦੇਣਾ ਫਿਰ ਸਟੇਟ ਮਸ਼ੀਨਰੀ ਨੂੰ ਉਦਾਂ ਦਾ ਕਰਨਾ ਤਾਂ ਇਹ ਮਤਲਬ ਇਹ ਛੋਟਾ ਕੰਮ ਨਹੀਂ ਹੈ ਜਿਹੜਾ ਬੰਦਾ ਵਿੱਚ ਨਹੀਂ ਰਹਿਣਾ ਚਾਹੁੰਦਾ ਇਹਦਾ ਮਤਲਬ ਉਹ ਧੋਖਾ ਕਰ ਰਿਹਾ ਉਹ ਐਕਚੁਅਲ ਉਹਨਾਂ ਦੀ ਪ੍ਰੋਬਲਮ ਜਿਹਨਾਂ ਨੂੰ ਕੈਂਸਰ ਦਾ ਇਸ਼ੂ ਆ ਗਿਆ ਪਾਣੀ ਦਾ ਇਸ਼ੂ ਆ ਗਿਆ ਪਾਣੀ ਦੀ ਟੈਸਟਿੰਗ ਜਾਂ ਰੂਟ ਕੌਜ਼ ਕਿਉਂ ਹੋ ਰਿਹਾ ਕਿੱਦਾਂ ਆ ਜਿਹੜਾ ਰਹੂਗਾ ਹੀ ਨਹੀਂ ਇੱਥੇ ਉਹ ਕਿੱਦਾਂ ਉਹਨਾਂ ਦੀ ਹੱਲ ਕਰੂੰਗਾ ਮੰਨ ਲਓ ਹੁਣ ਬੰਦੇ ਬਾਹਰ ਜਾ ਰਹੇ ਆ ਉਦਾਂ ਹੱਲ ਕੀ ਹੈਗਾ ਮੰਨ ਲਓ ਹੁਣ ਲੁੱਟਖਸੁੱਟ ਹੁੰਦੀ ਉਹਦਾ ਹੱਲ ਕੀ ਹੈਗਾ ਪੁਲਿਸ ਰਿਫਾਰਮ ਹੈਗਾ ਤੇ ਜਿਹੜਾ ਵਿੱਚ ਨਹੀਂ ਰਹੂੰਗਾ ਉਹ ਤਾਂ ਫਿਰ ਐਵੇਂ ਉਹ ਤਾਂ ਇੱਕ ਆਪਣਾ ਪਰਸਨਲ ਇੰਟਰਸਟ ਹੈਗਾ ਤੁਸੀਂ ਉਹ ਆਪਣਾ ਤਾਂ ਪੂਰਾ ਕਰਕੇ ਚਲੇ ਜਾਣਾ ਪਰ ਲੋਕ ਜਿੱਥੇ ਮਤਲਬ ਚਾਰ ਵਾਰ ਕਾਂਗਰਸ ਇੱਥੋਂ ਚੇਤ ਚੁੱਕੀ ਆ ਤੇ ਪੰਜਵੀਂ ਵਾਰ ਉਹ ਫਿਰ ਵਾਦੇ ਲੈ ਕੇ ਆਏ ਆ ਤੇ ਜਿੱਥੇ ਲੋਕ ਹੈਗੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਉੱਥੇ ਹੀ ਛੱਡਣਾ ਚਾਹੁੰਦੇ ਆਪਣਾ ਨਿੱਜੀ ਫਾਇਦਾ ਦੇਖਣਾ ਚਾਹੁੰਦੇ ਬਲਵਿੰਦਰ ਕੁਮਾਰ ਜੀ ਜੁੜੇ ਤੁਸੀਂ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਧੰਨਵਾਦ ਸੋ ਜਲੰਧਰ ਲੋਕ ਸਭਾ ਹਲਕੇ ਤੋਂ ਭਾਜਪਾ ਸਮਾਈ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਜੀ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਕੋਈ ਉਹਨਾਂ ਤੱਕ ਸਵਾਲ ਹੋਵੇ ਤੁਸੀਂ ਚੰਗੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਆਪਾਂ ਆਰਾਮ ਨਾਲ ਟੱਬਰ ਦੇ ਵਿੱਚ ਬੈਠ ਕੇ ਉੱਚੀ ਆਵਾਜ਼ 'ਚ ਪੜ੍ਹ ਸੁਣ ਸਕੀਏ ਸਵਾਲ ਕਰ ਦਿਓ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਉਹਨਾਂ ਨੂੰ ਹਾਕ ਫੇਰ ਮਾਰਾਂਗੇ ਤੇ ਅਸੀਂ ਇੱਕ ਵਾਰ ਫੇਰ ਪ੍ਰਾਈਮੇਸ਼ੀਆ ਟੀਵੀ ਦੇ ਇਸ ਪਲੇਟਫਾਰਮ ਤੋਂ ਬੇਨਤੀ ਕਰਦੇ ਹਾਂ ਕੋਈ ਸਿਆਸੀ ਪਾਰਟੀ ਹੋਵੇ ਕੋਈ ਕੈਂਡੀਡੇਟ ਸਾਹਿਬ ਹੋਣ ਤੁਹਾਡਾ ਖੁੱਲਾ ਸਵਾਗਤ ਹੈ ਪਰ ਅਸੀਂ ਬਾਰ-ਬਾਰ ਟੈਲੀਫੋਨ ਨਹੀਂ ਕਰਨੇ ਅਸੀਂ ਇਦਾਂ ਨਹੀਂ ਬਾਰ-ਬਾਰ ਕਹਿਣਾ ਕਿ ਭਾਈ ਇੰਟਰਵਿਊ ਅਸੀਂ ਜ਼ਰੂਰ ਕਰਨੀ ਆ ਅਸੀਂ ਇੱਕ ਵਾਰ ਹੁੱਕਾ ਜ਼ਰੂਰ ਦੇਾਂਗੇ ਉਹਦੇ ਤੋਂ ਬਾਅਦ ਤੁਹਾਡੀ ਫਿਰ ਮਰਜ਼ੀ ਹੈ ਤੇ ਜੇ ਤੁਸੀਂ ਨਹੀਂ ਆਉਂਦੇ ਤੁਹਾਡੇ ਕੋਲੇ ਸਮਾਂ ਨਹੀਂ ਪ੍ਰਚਾਰ ਕਰਨਾ ਫਿਰ ਅਸੀਂ ਲੋਕਾਂ ਜਾਵਾਂਗੇ ਫਿਰ ਲੋਕਾਂ ਨਾਲ ਗੱਲਾਂ ਕਰਾਂਗੇ ਫਿਰ ਲੋਕ ਜੋ ਕਹਿਣਗੇ ਉਹ ਫਿਰ ਨਤੀਜੇ ਤੁਹਾਡੇ ਸਾਹਮਣੇ ਹੋਣੇ ਆ ਅੱਜ ਦੀ ਇੰਟਰਵਿਊ ਕਿਹੋ ਜਿਹੀ ਲੱਗੀ ਤੁਸੀਂ ਜ਼ਰੂਰ ਦੱਸਿਓ ਕੋਈ ਸਵਾਲ ਹੋਵੇ ਲਿਖ ਦਿਓ ਖੁੱਲ੍ਹ ਦਲੀਦ ਨਾਲ ਅਸੀਂ ਦੁਬਾਰਾ ਉਹਨਾਂ ਨੂੰ ਹਾਕ ਮਾਰ ਲਾਂਗੇ ਸੋ ਇੱਥੇ ਪ੍ਰਾਈਮ ਟਾਈਮ ਦੇ ਵਿੱਚ ਮੈਨੂੰ ਪਰਮੇਸ਼ ਸਿੰਘ ਬਾਠ ਨੂੰ ਦੇ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ